ਅੱਛਾ, ਲਸੂੜੀ ਪਿੰਡ ਤੇ ਹਮਲਾ ਹੋਇਆ ਤੇ ਬਹੁਤ ਉੱਥੇ ਕਤਲੇਆਮ ਹੋਇਆ, ਬਹੁਤ ਕਤਲੇਆਮ ਹੋਇਆ। ਤੁਹਾਡੇ ਕਿੰਨੇ ਰਿਸ਼ਤੇਦਾਰ ਮਾਰੇ ਗਏ ਦੱਸੋ? ਸਾਡੇ ਤੁਹਾਨੂੰ ਦੱਸਿਆ ਜੀ ਵੀ ਉਹ ਸਾਡੀ ਫੁੱਫੀ ਦੇ ਮੁੰਡੇ ਦੋ ਮਾਰਤੇ ਆ, ਫੁੱਫੀ ਮਾਰਤੀ, ਫੁੱਫੜ ਵੀ ਮਾਰਤਾ, ਅਤੇ ਦੋ ਮੁੰਡੇ ਦੂਜੇ ਪਿੰਡ ਪੜ੍ਹ ਗਏ ਮਿਰਜਾਪੁਰ, ਉਹ ਰਾਈਆਂ ਦਾ ਹੀ ਸਾਰਾ। ਅੱਛਾ, ਉਹ ਛੋਟੇ ਮੁੰਡੇ ਉਹ ਉਸ ਪਿੰਡ ਨਾਲ ਉੱਠ ਕੇ ਆ ਗਏ, ਉਹ ਇੱਧਰ ਆ ਗਏ। ਅੱਛਾ, ਉਹ ਦੋ ਮੁੰਡੇ ਬਚੇ ਸੀ, ਉਹ ਆ ਗਏ ਇੱਧਰ, ਦੂਜੇ ਕਾਫਲੇ ਨਾਲ ਆਏ ਵਿਚਾਰੇ। ਪਿੰਡ ਸੌ ਭੱਠਾ ਸੀ। ਅੱਛਾ, ਉਦਾਂ ਇੱਦਾਂ ਦੁਨੀਆ ਆਉਂਦੀ ਸੀ, ਪੈਰਾਂ ਦੇ ਪੈਰ ਵੱਡੀ ਦੇ, ਬਹੁਤ ਮਖਲੂਕ ਸੀ, ਬਹੁਤ ਮਖਲੂਕ ਸੀ। ਜਿੱਥੇ ਰਾਤ ਪੈ ਜਾਂਦੀ ਸੀ ਉੱਥੇ ਕਬਰਸਤਾਨ ਖੂਹਾਂ ਯਾਰਾਂ ਪਾਤੀਆਂ ਸੀ ਉਹਨਾਂ। ਅੱਛਾ, ਅਤੇ ਜਿਹੜੇ ਪਾਣੀ ਪੀਂਦੇ ਸੀ ਮਰਦੇ ਜਾਂਦੇ ਸੀ। ਅੱਛਾ, ਬੁੜੀਆਂ ਨੂੰ ਪਾਣੀ ਭਰਨ ਦਿੰਦੇ ਸੀ, ਬੰਦਿਆਂ ਨੇ ਭਰਨ ਦਿੰਦੇ। ਮੈਂ ਆਪ ਪਾਣੀ ਲੈਣ ਗਿਆ ਖੂਹ ਤੋਂ, ਅਤੇ ਉਹ ਬੰਦਿਆਂ ਨੂੰ ਡਾਂਗ ਫੇਰ ਕੇ ਮੋੜ ਦਿੰਦੇ ਸੀ। ਜਿਹੜੀ ਜਨਾਨੀ ਦਿੰਦੀ ਚੰਗੀ ਹੁੰਦੀ ਉਹ ਭਰ ਲੈਂਦੀ, ਉਹ ਲੈ ਜਾਂਦੇ ਸੀ। ਮੈਂ ਆਪ ਪਾਣੀ ਵਾਲਾ ਪੀ ਲਿਆ ਸੀ, ਅਤੇ ਮੈਂ ਡਿੰਗਦਾ ਸੀ ਮੁੜ ਕੇ, ਮੈਂ ਕਿਹਾ ਮੇਰਾ ਮੂੰਹ ਖੂਹ 'ਤੇ ਡਾ ਦਿਓ, ਮੈਂ ਸਾਰਾ ਪੀ ਲਓ। ਇੰਨੀ ਯਾਰ ਚੜੀ ਉੱਥੇ ਰੌਲਾ ਪੈ ਗਿਆ ਸੀ ਜੀ, ਪਾਕਿਸਤਾਨ ਉੱਧਰ ਹੋ ਗਿਆ, ਹਿੰਦੁਸਤਾਨ ਇੱਧਰ ਹੋ ਗਿਆ। ਅੱਛਾ, ਜਲੰਧਰ ਦਾ ਜ਼ਿਲ੍ਹਾ ਆਪਣਾ ਅਤੇ ਅੰਮ੍ਰਿਤਸਰ ਦਾ ਅਤੇ ਗੁਰਦਾਸਪੁਰ ਦਾ ਪਾਕਿਸਤਾਨ 'ਚ ਆ ਗਿਆ। ਅੱਛਾ, ਪਹਿਲਾਂ ਖੁਆਏ ਸੀ ਅਸੀਂ ਮਈਆਂ ਦੇ ਰੱਸੇ ਵੇਲੇ ਦਿੱਤੇ ਆ, ਖੋਲਤੀਆਂ ਮੱਝਾਂ, ਚਾਰ ਡੰਗਰ ਦਿੱਤੇ ਗੱਡੇ ਨੂੰ। ਅੱਛਾ, ਅਤੇ ਮਈਆਂ ਖੋਲ ਦਿੱਤੀਆਂ, ਦੀਵੇ ਸਾਡੇ ਅੰਦਰ ਨਹੀਂ ਬਣਦੇ, ਉੱਦਾਂ ਹੀ ਬਲਦੇ, ਉੱਦਾਂ ਹੀ ਬਲਦੇ। ਸਾਡੇ ਘਰਾਂ ਦੇ ਵਿੱਚ ਕਣਕਾਂ ਪੜੋਲੇ ਕੱਚੇ ਹੁੰਦੇ ਸੀ। ਅੱਛਾ, ਕੱਚੇ ਪੜੋਲੇ ਹੁੰਦੇ ਸੀ। ਅੱਛਾ, ਗੋਲਾਂ ਚੱਕਰਾਂ ਦੀਆਂ, ਚੌਲਾਂ ਦੀਆਂ ਚਾਟੀਆਂ ਭਰੀਆਂ ਹੋਈਆਂ ਕੋਠੀਆਂ, ਸਭ ਕੁਛ ਛੱਡ ਕੇ ਟੇਕ ਦਾਣਾ ਨਹੀਂ ਚੁੱਕਿਆ, ਭਰੇ ਘਰ ਛੱਡ ਕੇ ਸਾਰੇ। ਬੱਗਾ ਸਿੰਘ, ਬੱਗਾ ਸਿੰਘ ਕਿਹੜੇ ਪਿੰਡ ਦਾ ਸੀ? ਅਨੂਪੁਰ ਦਾ, ਅਤੇ ਜਿਹੜਾ ਹੈਗਾ ਗੁੱਤਾ ਜੱਟ। ਹਾਂਜੀ, ਗੁੱਤਾ ਜੱਟ, ਗੁੱਤਾ ਜੱਟ, ਉਹ ਜੱਟਾਂ ਦੀ ਸਰਾਂ ਦਾ ਸੀ। ਅੱਛਾ, ਦੋ ਮੁੰਡੇ ਉਹਦੇ ਤੇਰੇ ਘੁਲਦੇ, ਅਤੇ ਉਹ ਪਟੋਰੀ ਦੇ ਜਿਹੜੇ ਮੈਂ ਤੈਨੂੰ ਦੱਸਿਆ, ਇੱਕ ਨਾਂ ਚੇਤਾ ਸਿੰਘ ਸੀ, ਉਹਦਾ ਮੁੰਡਾ ਤਾਰਾ ਸਿੰਘ, ਛੋਟਾ ਸੀ ਜਿਹੜਾ ਮਾੜਾ ਸੀ, ਉਹ ਸਾਧ ਹੋ ਗਿਆ ਸੀ। ਤਾਰਾ ਸਿੰਘ, ਦੋ ਤਿੰਨ ਹੋਰ ਸੀ, ਉਹਨਾਂ ਦਾ ਨਾਂ ਨੀ ਮੈਨੂੰ, ਇੱਕ ਸੀ ਮਾੜਾ, ਉਹ ਸਾਧ ਹੋ ਗਿਆ ਸੀ। ਅੱਛਾ, ਉਹਨਾਂ ਨੇ ਖੂਹ ਲਵਾ ਲਿਆ ਚਪੜੀ ਦੇ ਸਿਰ ਤੇ ਸਾਡੇ ਬੈਠੇ ਗੰਗੂ ਤੇ ਮਿੰਦਰ, ਮਹਿੰਦਰ ਪਹਿਲਵਾਨ ਸੀ ਉਹਦੇ। ਅੱਛਾ, ਗੰਗੂ ਤੇ ਮਹਿੰਦਰ ਘੁਲਦੇ ਸੀ ਦੋਵੇਂ, ਘੁਲਦੇ ਮੁੰਡੇ ਉਹਦੇ। ਅੱਛਾ, ਗੁੱਤੇ ਜੱਟ ਦੇ। ਅੱਛਾ ਅੱਛਾ ਅੱਛਾ, ਉਹ ਜੱਟਾਂ ਦੀ ਸਰਾਂ। ਨਾਲ ਨਾਲ ਦੇ ਪਿੰਡ ਕਿਹੜੇ ਸੀ ਲਾਗੇ ਲਾਗੇ? ਜੱਬੋਦਾਰ, ਖੁਸਦਾ, ਅੱਛਾ, ਡੋਰੀ, ਮਜੀਦਪੁਰ, ਫਰੀਦਪੁਰ, ਬੋਲਵਾਲਾ, ਅੱਛਾ, ਜੱਟਾਂ ਦੀ ਸਰਾਂ, ਸੁੱਖਾਂ ਦਾ ਪਿੰਡ, ਅੱਛਾ, ਨੇਵਾ ਸਿੰਘ ਵਾਲਾ, ਅੱਛਾ, ਕੁੱਲੀਆਂ, ਗਾਜੀਪੁਰ, ਇਹ ਪਿੰਡ ਸੀ। ਇੱਧਰ ਨੂੰ ਆਜੋ ਫਿਰ ਹਾਜੀਪੁਰ, ਹਾਜੀਪੁਰ, ਅੱਛਾ, ਲਾਟਵਾਲਾ, ਬੂਸਵਾਲ, ਸ਼ੇਰਪੁਰ, ਅਤੇ ਬੱਕਿਆਂ ਵਾਲਾ, ਅੱਛਾ,
ਅਲੂਵਾਲ ਇਹਦੇ ਸਾਡੇ ਪਿੰਡ ਹੈਗੇ ਭਾਗੋ ਬੁੱਢਾ। ਜੀ ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕਮ, ਸਤਿ ਸ਼੍ਰੀ ਅਕਾਲ, ਪ੍ਰਣਾਮ ਦੋਸਤੋ। ਮੈਂ ਯਾਸਰ ਮਲਕ ਅਤੇ ਮੇਰੇ ਨਾਲ ਮੌਜੂਦ ਨੇ ਬਜ਼ੁਰਗ, ਇਹ 47 ਦੇ ਗਵਾਹ ਨੇ ਔਰ ਪਾਕਿਸਤਾਨ ਇਹਨਾਂ ਨੇ ਬਣਦਾ ਵੇਖਿਆ ਵਾ। ਅੱਜ ਅਸੀਂ ਪੁੱਛਾਂਗੇ ਇਹਨਾਂ ਕੋਲੋਂ ਕਿ ਪਾਕਿਸਤਾਨ ਕਿਵੇਂ ਬਣਿਆ ਸੀ ਔਰ ਉਸ ਵੇਲੇ ਦੀ ਕਹਾਣੀ ਪੁੱਛਾਂਗੇ, ਤੁਹਾਡੇ ਰੂਬਰੂ ਪੇਸ਼ ਕਰਾਂਗੇ। ਆਓ ਫਿਰ ਬਜ਼ੁਰਗਾਂ ਨਾਲ ਗੱਲਬਾਤ ਕਰੀਏ ਔਰ ਤੁਹਾਡੇ ਰੂਬਰੂ ਪੇਸ਼ ਕਰੀਏ। ਅਸਲਾਮ ਅਲੈਕੁਮ ਬਾਬਾ ਜੀ। ਵਾਲੇਕੁਮ ਸਲਾਮ। ਇਹ ਕੀ ਨਾਂ ਕੀ ਆਪਣਾ? ਤੁਹਾਡੇ ਵਾਲਦ ਦਾ ਨਾਂ? ਅਲੀ ਮੁਹੰਮਦ। ਅਲੀ ਮੁਹੰਮਦ। ਤੇ ਦਾਦਾ ਜੀ ਦਾ ਨਾਂ? ਨਥੂ। 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 ਤੇ ਆਪਣੀ ਕੌਮ? ਰਾਈ। ਰਾਈ ਕੌਮ ਆਪਣੀ। ਤੇ ਇਸ ਟਾਈਮ ਤੁਸੀਂ ਬੈਠੇ ਆ ਡੱਲਾ ਜਰਮਨੀਆ? ਜੀ। ਕੀ ਕਹਿੰਦੇ, ਕਿੰਨੇ ਕਿੰਨੇ ਚੱਕ ਨੰਬਰ ਕਿੰਨਾ ਵਾ ਇਹ? 83। ਚੱਕ ਨੰਬਰ 83। ਹਾਂ। ਤਹਿਸੀਲ ਸ਼ਾਹਕੋਟ ਤੇ ਜ਼ਿਲ੍ਹਾ ਨਨਕਾਣਾ ਸਾਹਿਬ। ਹਾਂ। ਠੀਕ। ਜਿਹੜਾ ਡੱਲਾ ਜਰਮਨੀਆ, ਬਜ਼ੁਰਗ ਦੇ ਲਾਗੇ ਲਾਗੇ ਪਿੰਡ ਕਿਹੜੇ ਆ? ਇੱਥੇ ਨਿਜ਼ਾਮਪੁਰੇ ਤਿੰਨ। ਅੱਛਾ, ਦੱਸੋ। ਹਾਂ। 82। ਕੋਟਲਾ। ਅੱਛਾ। ਆਗਲੇ ਬਣਿਆ ਨਾਲ ਡੱਲਾ, ਚੰਗਾ ਗਾਂਦਰਾ। ਅੱਛਾ, ਗਾਂਦਰਾ। ਮੇਰਾ ਨਾਮ ਮੀਰਪੁਰ। ਅੱਛਾ, ਇਹ ਪਿੰਡ ਲਾਗੇ ਨੇ? ਇਹ ਲਾਗੇ ਲਾਗੇ। ਸ਼ਾਹਕੋਟ ਵੀ ਨਾਲ ਹੀ ਆ ਤੁਹਾਡੇ? ਸ਼ਾਹਕੋਟ ਵੀ ਨਾਲ, ਦੋ ਮੀਰ। ਸਹੀ ਆ। ਜਦੋਂ ਵੰਡ ਪਈ ਸੀ, ਪਾਕਿਸਤਾਨ ਬਣਿਆ, ਕਿਹੜੇ ਪਿੰਡ ਚੋਂ ਆਏ ਸੀ? ਕਾਗਜ਼ਾਂ ਚ ਹੈਦਰਾਬਾਦ ਬੋਲਦਾ ਸੀ। ਅੱਛਾ। ਉੱਥੇ ਸਾਡੇ ਪਿੰਡ ਸੀ, ਮਹਿਕਮਾ ਦੀ ਬਸਤੀ ਇੱਕ। ਅੱਛਾ। ਰਸੀ ਬਾਗ। ਅੱਛਾ ਅੱਛਾ। ਮੁੰਡੇ ਰਸੀ ਬਾਗ ਦੇ। ਅੱਛਾ ਅੱਛਾ। ਪਿੰਡ ਨੂੰ ਮਹਿਕਮਾ ਲੱਗ ਗਿਆ। ਤੁਹਾਡੇ ਪਿੰਡ ਦਾ ਨੰਬਰਦਾਰ ਕੌਣ ਸੀ? ਨੰਬਰਦਾਰ ਸਾਡੇ ਪਾਸੇ ਨੰਬਰਦਾਰ ਸੁਲੇਮਾਨ ਸੀ, ਫਿਰ ਉਹਦਾ ਨਾਂ ਤੇ ਕਬੋਹਾਂ ਦੇ ਬਣੇ ਦਾ ਸੀ, ਕਬੋ ਮੁਸਲਮਾਨ। ਅੱਛਾ, ਮੁਸਲਮਾਨ। ਅੱਧਾ ਪਿੰਡ ਮੁਸਲਮਾਨ ਕਬੋਹਾਂ ਦਾ ਸੀ, ਅੱਧਾ ਸਾਡਾ ਰਾਈਆਂ ਦਾ ਸੀ, ਨੀਚਾਂ ਦੀ ਬਾਜ਼ਾਰ ਸੀ। ਅੱਛਾ, ਕਿੰਨੀਆਂ ਨੰਬਰਦਾਰੀਆਂ ਸੀ? ਇੱਕੋ ਹੀ ਸੀ। ਇੱਕੋ ਹੀ ਨੰਬਰਦਾਰੀ ਸੀ। ਤੇ ਨਾਲ ਨਾਲ ਦੇ ਪਿੰਡ ਕਿਹੜੇ ਸੀ ਲਾਗੇ ਲਾਗੇ? ਜੱਬੋਦਾਰ, ਖੁਰਦਾਂ। ਅੱਛਾ। ਡੋਰੀ। ਮਜੀਦਪੁਰ, ਫਰੀਦਪੁਰ, ਬੋਲਵਾਲਾ। ਅੱਛਾ। ਜੱਟਾਂ ਦੀ ਸਰਾਂ, ਸਿੱਖਾਂ ਦਾ ਪਿੰਡ। ਅੱਛਾ। ਨੇਵਾ ਸਿੰਘ ਵਾਲਾ। ਅੱਛਾ। ਕੁੱਲੀਆਂ, ਗਾਜੀਪੁਰ। ਠੀਕ। ਇਹ ਪਿੰਡ ਸੀ, ਇੱਧਰ ਨੂੰ ਆ ਜਾਓ ਫਿਰ ਹਾਜੀਪੁਰ। ਹਾਜੀਪੁਰ। ਅੱਛਾ। ਲਾਟਵਾਲਾ, ਬੂਸਵਾਲ, ਸ਼ੇਰਪੁਰ, ਬੱਟਿਆਂਵਾਲਾ। ਅੱਛਾ। ਅਲੂਵਾਲ ਇਹਦੇ ਸਾਡੇ ਪਿੰਡ ਹੈਗੇ ਭਾਗੋ ਬੁੱਢਾ। ਭਾਗੋ ਬੁੱਢਾ। ਹਾਂ। ਭਾਗੋ ਬੁੱਢਾ ਦੀ ਮੈਂ ਅੱਗੇ ਵੀਡੀਓ ਬਣਾਈ ਇੱਕ ਬੰਦੇ ਦੀ। ਅੱਛਾ। ਭਾਗੋ ਬੁੱਢਾ। ਭਾਗੋ ਬੁੱਢਾ ਸਾਥੋਂ ਲੱਗ ਗਈ। ਅੱਛਾ, ਭਾਗੋ ਬੁੱਢਾ। ਤੇ ਸ਼ਹਿਰ ਕਿਹੜਾ ਲੱਗ ਗਿਆ ਸੀ ਤੁਹਾਡੇ? ਸੁਲਤਾਨਪੁਰ। ਸੁਲਤਾਨਪੁਰ ਕਿੰਨਾ ਸੀ ਤੁਹਾਡੇ ਪਿੰਡ ਤੋਂ? ਸ਼ਾਹਕੋਟ ਜਿੰਨਾ ਸੀ, ਮਤਲਬ 5-6 ਕਿਲੋਮੀਟਰ ਹੀ ਸੀਗਾ। ਹਾਂ, ਇੰਨਾ ਲੱਗ ਗਿਆ ਹੀ ਸੀਗਾ, 5 ਕੁ ਮੀਲ ਸੀ। ਇਹੜਾ ਸੁਲਤਾਨਪੁਰ, ਉੱਥੇ ਸਟੇਸ਼ਨ ਆਇਆ ਸੀ ਰੇਲ ਦਾ? ਹੈਗਾ ਸੀ। ਅੱਛਾ ਅੱਛਾ। ਕਿੱਧਰ ਨੂੰ ਜਾਂਦੀ ਸੀ ਰੇਲ ਉਹ? ਉਹ ਜਾਂਦੀ ਸੀ ਜਲੰਧਰ ਨੂੰ। ਜਲੰਧਰ ਨੂੰ ਤੇ ਅੰਮ੍ਰਿਤਸਰ ਨੂੰ? ਅੰਮ੍ਰਿਤਸਰ ਨੂੰ, ਜਲੰਧਰ ਨੂੰ। ਠੀਕ। ਉਹ ਗਾੜੀ ਲੋਹੀਆਂ ਪਿੰਡ ਆਉਂਦਾ ਸੀ, ਲੋਹੀਆਂ ਤੋਂ ਹੋ ਕੇ ਅੱਗੋਂ ਮੁੜਦੀ ਸੀ, ਜਾਂਦੀ ਜਲੰਧਰ ਨੂੰ। ਅੱਛਾ ਅੱਛਾ। ਠੀਕ। ਅੱਛਾ ਬਜ਼ੁਰਗੋ, ਆਪਣੀਆਂ ਉੱਥੇ ਰਿਸ਼ਤੇਦਾਰੀਆਂ ਕਿਹੜੇ ਕਿਹੜੇ ਪਿੰਡਾਂ 'ਚ ਸੀਗੀਆਂ? ਸਾਡੀਆਂ, ਹਾਂਜੀ,
ਸਾਡੀ ਰਿਸ਼ਤੇਦਾਰੀ ਤੇ ਕੁਛ ਸੀ ਅੰਮ੍ਰਿਤਸਰ ਦੇ ਜ਼ਿਲ੍ਹੇ ਚ। ਅੱਛਾ, ਕਿਹੜੇ ਪਿੰਡ ਆ? ਪਿੰਡੀਆਂ ਪਿੰਡ ਵਾ। ਅੱਛਾ, ਪਿੰਡੀਆਂ ਜੀ। ਪਿੰਡੀਆਂ ਪਿੰਡ ਸੀ, ਕਿਹੜੀ ਤਹਿਸੀਲ? ਤਰਨ ਤਾਰਨ ਸੀਗਾ? ਤਰਨ ਤਾਰਨ। ਅੱਛਾ, ਤਰਨ ਤਾਰਨ ਚ ਪਿੰਡੀਆਂ ਪਿੰਡ ਸੀਗਾ, ਉੱਥੇ ਤੁਹਾਡੀ ਮਾਸੀ ਰਹਿੰਦੀ। ਜਿਹੜਾ ਤੁਹਾਡਾ ਪਿੰਡ ਸੀਗਾ, ਉੱਥੇ ਦਰਬਾਰ ਆਇਆ ਸੀ ਕੋਈ? ਲਾਗੇ ਛਾਗੇ ਮੇਲਾ ਲੱਗਦਾ? ਲੱਗਦਾ ਹੈ ਮੇਲਾ। ਉਹ ਮੇਲਾ ਸੁਣਾਓ, ਕਿਹੜਾ ਲੱਗਦਾ ਸੀ ਅੱਜ ਮੈਨੂੰ? ਉਹ ਮੇਲਾ ਲੱਗਦਾ ਸੀ, ਉੱਥੇ ਬੈਠਾ ਸੀ ਦਰਵੇਸ਼ ਸੀ, ਐਡਾ ਮੋਟਾ ਸਾਈਂ ਲੋਕ। ਅੱਛਾ, ਕੁੜੀਆ ਪਾਇਆ ਹੋਇਆ ਉਹਦਾ। ਅੱਛਾ, ਇੱਕ ਜਨਾਨੀ ਨਾਲ ਰੱਖੀ ਹੁੰਦੀ ਸੀ, ਨੌਜਵਾਨ ਕੁੜੀ ਹੋਵੇ। ਅੱਛਾ, ਸ਼ਗਿਰਦਣੀ। ਅੱਛਾ, ਤੇ 5 ਕਿੱਲਾਂ ਦਾ ਉਹਦਾ ਸੀ ਦਰਬਾਰ, ਬੜਿਆ ਸੀ ਤੇ ਬਾਕੀ ਮਕਾਨ ਐਡੇ ਨਹੀਂ, ਇੱਕ ਦੋ ਮਕਾਨ। ਅੱਛਾ ਅੱਛਾ, ਸਾਡੇ ਪਿੰਡ ਦੀ ਚਰਾਨ ਦੇ ਵਿੱਚ ਹੀ ਸੀ। ਅੱਛਾ, ਤੁਹਾਡੇ ਪਿੰਡ ਦੇ ਜਗ੍ਹਾ ਦੇ ਵਿੱਚ ਹੀ ਹੁੰਦਾ, ਉੱਥੇ ਬੈਠਾ ਸੀ ਉਹ ਆ ਕੇ? ਉੱਥੇ ਉਹ ਬੈਠਾ ਸੀ, ਸਾਡੇ ਨਾਲ ਹੀ ਉੱਠ ਗਿਆ। ਜਮਾਲ, ਜਮਾਲ ਸ਼ਾਹ ਉਹਦਾ ਨਾਂ ਸੀ। ਜਮਾਲ ਸ਼ਾਹ, ਹਾਂ। ਤੇ ਉੱਥੇ ਢੇਰੀ ਹੈ ਸੀ ਕਵਰ ਕੇ ਨਹੀਂ? ਉੱਦਾਂ ਹੀ ਮੇਲਾ ਕਰਾਉਂਦਾ ਸੀ? ਨਹੀਂ, ਕਵਰ ਹੈ ਨਹੀਂ ਸੀ ਕੋਈ, ਉੱਦਾਂ ਹੀ ਮੇਲਾ ਕਰਾਉਂਦਾ। ਉੱਦਾਂ ਮੇਲਾ ਕਰਨਾ ਹੈ। ਅੱਛਾ, ਸਕੂਲ ਜਾਂਦੇ ਰਹੇ ਤੁਸੀਂ ਪੜ੍ਹਨ? ਨਹੀਂ। ਸਕੂਲ ਤੁਹਾਡੇ ਪਿੰਡ ਹੈ ਸੀ? ਨਹੀਂ, ਸੁਲਤਾਨਪੁਰ ਸੀ। ਸੁਲਤਾਨਪੁਰ ਸਾਡੇ ਪਿੰਡ ਚੋਂ, ਸਾਰੇ ਪਿੰਡ ਚੋਂ ਸਿਰਫ 3 ਮੁੰਡੇ ਸਕੂਲ ਲਈ ਜਾਂਦੇ ਸੀ ਪੜ੍ਹਨ। 3 ਮੁੰਡੇ, ਬਾਕੀ ਤੁਸੀਂ ਸਕੂਲ ਨਹੀਂ ਗਏ? ਅਸੀਂ ਸਕੂਲ। ਅੱਛਾ, ਸਾਰੇ ਮੁਸਲਮਾਨ? ਕੋਈ ਹੋਰ ਗੈਰ ਮਜ਼ਹਬ ਜਾਂ ਇਸਾਈਆਂ ਚੋਂ ਜਾਂ ਹਿੰਦੂਆਂ ਚੋਂ, ਉਹਨਾਂ ਚੋਂ ਕੋਈ ਨਹੀਂ? ਚੂੜੇ ਹੈਗੇ ਸਾਡੇ ਪਿੰਡ। ਅੱਛਾ, ਚੂੜੇ ਦੀ ਬਸਤੀ ਸੀ ਉਹ? ਚੂੜੇ ਕੀ ਹਿਸਾਈ ਸੀ ਜਾਂ ਇਹ ਹਿਸਾਈ ਹੋ ਰਿਹਾ? ਉਹ ਚੂੜੇ ਹੁੰਦੇ ਸੀ। ਉਹਨਾਂ ਦੇ ਕੀ ਨਾਂ ਸੀ ਕੁਛ ਇੱਥੇ ਨਾਂ ਉਹਨਾਂ ਦੇ? ਹਾਂ, ਬੂਟਾ, ਬੂਟੇ ਦੇ ਮੁੰਡੇ ਦੋ, ਇੱਕ ਭਾਨਾ ਇੱਕ ਨਾਮਾ। ਅੱਛਾ, ਤੇ ਇੱਕ ਉਹਨਾਂ ਚਾਚਾ ਦਿੱਤਾ। ਅੱਛਾ, ਹਲੂ ਵਾਲੀ ਛਬੜੀ ਵੱਜਦੀ ਸੀ। ਅੱਛਾ, ਉਦੋਂ ਸੀ ਉਹ 2 ਕਿੱਲਿਆਂ ਚ ਸੀ ਤੇ ਉਹ ਇੱਕ ਹੁੰਦਾ ਸੀ ਸਿੱਖ ਚੇਤਾ ਸਿੰਘ। ਅੱਛਾ, ਡੋਰੀ ਦਾ। ਅੱਛਾ, ਉਹਦਾ ਮੁੰਡਾ ਸੀ ਇੱਕ ਤਾਰਾ ਸਿੰਘ, ਦੋ 3 ਹੋਰ ਸੀ, ਉਹਨਾਂ ਦਾ ਨਾਂ ਨਹੀਂ ਮੈਨੂੰ। ਇੱਕ ਸੀ ਮਾਰਾ, ਉਹ ਸਾਧ ਹੋ ਗਿਆ ਸੀ। ਅੱਛਾ, ਤੇ ਉਹਨਾਂ ਨੇ ਖੂਹ ਲਵਾ ਲਿਆ ਸੀ ਛਬੜੀ ਦੇ ਸਿਰ 'ਤੇ ਸਾਡੇ ਬੈਠਿਆਂ। ਫਿਰ ਪਿੱਛੋਂ ਬੰਦੇ ਆਏ ਇੱਕ ਵਾਰੀ ਗੁਰਦਾਸਪੁਰ ਦੇ ਜ਼ਿਲ੍ਹੇ, ਉਹਨਾਂ ਨੂੰ ਮੈਂ ਪੁੱਛਿਆ ਸੀ। ਅੱਛਾ, ਆਹ ਪਿੰਡ ਹੀ ਵੇਖਣ ਆਏ ਸੀ? ਤੁਸੀਂ ਜਲੰਧਰ ਦੇ ਜ਼ਿਲ੍ਹੇ ਜਾਂਦੇ ਕਿ ਨਹੀਂ? ਉਹਦੇ ਉੱਥੇ ਇੱਕ ਹਲੂ ਵਾਲੀ ਛਬੜੀ ਵੱਜਦੀ ਆ, ਉਹਦੇ ਮੱਸਿਆ ਨਹਾਉਣ ਜਾਂਦੇ ਹਾਂ। ਅੱਛਾ ਅੱਛਾ ਅੱਛਾ, ਉਹ ਛਬੜੀ ਮੈਂ ਵੀ ਨਹਾਉਂਦਾ ਰਿਹਾ। ਅੱਛਾ, ਉਹ ਛਬੜੀ ਤੁਸੀਂ ਨਹਾਉਂਦੇ ਰਹੇ? ਅਸੀਂ ਨਹਾਉਂਦੇ, ਸਾਡੇ ਪਿੰਡ ਦੀ ਜ਼ਮੀਨ 'ਚ ਸੀ। ਅੱਛਾ ਅੱਛਾ, ਅਤੇ ਹੁਣ ਉਹਨਾਂ ਨੇ ਪੱਕਾ ਤਲਾਬ ਬਣਾ ਲਿਆ। ਅੱਛਾ, ਠੀਕ। ਜਿਹੜੇ ਤੁਹਾਡੇ ਅਲੱਗ ਅਲੱਗ ਪਿੰਡ ਸੀਗੇ ਤੁਸੀਂ ਦੱਸਿਆ, ਸਿੱਖਾਂ ਦੇ ਪਿੰਡ ਵੀ ਹੈ ਸੀ? ਹਾਂ। ਕੋਈ ਸਿੱਖ ਕਿਹੜੇ ਕਿਹੜੇ ਪਿੰਡਾਂ ਦੇ ਕੁਛ ਸਿੱਖਾਂ ਦੇ ਨਾਂ ਚੇਤੇ ਹੋਣ ਲੱਗ ਗਏ? ਇੱਕ ਹੈਗਾ ਸੀ ਜੱਟਾਂ ਦੀ ਸਰਾਂ, ਜੱਟਾਂ ਦੀ ਸਰਾਂ ਸਿੱਖਾਂ ਦਾ। ਅੱਛਾ, ਇੱਕ ਮੇਵਾ ਸਿੰਘ, ਮੇਵਾ ਉਹ ਵੀ ਸਿੱਖਾਂ ਦਾ। ਉੱਥੇ ਜਿਹੜੇ ਕੁਛ ਸਿੱਖ ਰਹਿੰਦੇ ਕਿਸੇ ਦੇ ਨਾਂ ਚੇਤੇ ਹੋ ਤੁਹਾਨੂੰ? ਹੈਗੇ ਆ। ਦੱਸੋ ਦੱਸੋ ਨਾਮ। ਬੱਗਾ ਸਿੰਘ। ਬੱਗਾ ਸਿੰਘ ਕਿਹੜੇ ਪਿੰਡ ਦਾ ਸੀ? ਆਲੂਪੁਰ ਦਾ। ਹਾਂਜੀ, ਆਲੂਪੁਰ ਦਾ। ਆਲੂਪੁਰ ਦਾ। ਤੇ ਜਿਹੜਾ ਹੈਗਾ ਗੁੱਤਾ ਜੱਟ। ਹਾਂਜੀ, ਗੁੱਤਾ ਜੱਟ। ਗੁੱਤਾ ਜੱਟ ਉਹ ਜੱਟਾਂ ਦੀ ਸਰਾਂ ਦਾ ਸੀ। ਅੱਛਾ, ਦੋ ਮੁੰਡੇ ਉਹਦੇ ਤੇਰੇ ਘੁਲਦੇ ਸੀ, ਗੰਗੂ ਤੇ ਮਹਿੰਦਰ। ਮਹਿੰਦਰ ਪਹਿਲਵਾਨ ਸੀ ਉਹਦੇ। ਅੱਛਾ, ਗੰਗੂ ਤੇ ਮਹਿੰਦਰ ਘੁਲਦੇ ਸੀ ਦੋਵੇਂ? ਘੁਲਦੇ ਮੁੰਡੇ ਉਹਦੇ। ਅੱਛਾ, ਗੁੱਤੇ ਜੱਟ ਦੇ। ਅੱਛਾ ਅੱਛਾ ਅੱਛਾ, ਉਹ ਜੱਟਾਂ ਦੀ ਸਰਾਂ। ਜੱਟਾਂ ਦੀ ਸਰਾਂ, ਠੀਕ। ਤੇ
ਡੋਰੀ ਸਿੱਖਾਂ ਦੀ ਮੇਵਾ ਸਿੰਘ ਵਾਲਾ ਇੱਧਰ ਨੂੰ ਖਬਰੀਆਂ ਤਲਵੰਡੀ ਵੱਲ ਨੂੰ ਚਲੇ ਗਏ ਇੱਧਰ ਵੀ ਹੈ ਸੀ ਸਿੱਖਾਂ ਦੇ ਪਿੰਡ ਸੁਲਤਾਨਪੁਰ ਜਾਂਦੇ ਰਹੇ ਤੁਸੀਂ ਜਾਂਦਾ ਰਹੇ ਸੁਲਤਾਨਪੁਰ ਦੀ ਮਸ਼ਹੂਰ ਚੀਜ਼ ਦੱਸੋ ਕੀ ਸੀ ਅੱਛਾ ਮਸ਼ਕਾਇਆ ਸ਼ਹਿਰ ਦੀ ਬਣੀ ਸੀ ਦਾਣਾ ਮੰਡੀ ਅੱਛਾ ਚਾਰ ਚਪੇਰੇ ਖੱਤਰੀਆਂ ਅੱਛਾ ਖੱਤਰੀਆਂ ਪਾਸੀ ਚਾਰ ਚਪੇਰੇ ਅੱਛਾ ਜਿਹੜੀ ਮੈਂ ਤੁਹਾਨੂੰ ਦਾਣਾ ਚੌਰੀਆਂ ਤਲਵੰਡੀ ਆਹੋ ਇਹ ਸੀ ਬਾਈਆਂ ਪਿੰਡਾਂ ਦੇ ਮਾਲਕ ਚੌਰੀ ਅੱਛਾ ਹਰੀਪੂਰ ਸੀ ਲਾਗੇ ਸ਼ਾਗੇ ਪਿੰਡ ਦਾ ਦੋਸਤ ਜਾਂ ਤੁਹਾਡੇ ਬਾਪ ਦਾ ਕਿਸੇ ਸਰਦਾਰ ਨਾਲ ਮੇਲ ਜੋਲ ਹੋਵੇ ਬੱਗਾ ਸਿੰਘ ਨਾਲ ਉਹ ਸਾਡੇ ਘਰ ਵੀ ਆਉਂਦਾ ਸੀ ਬੱਗਾ ਸਿੰਘ ਤੁਹਾਡੇ ਘਰ ਹੁੰਦਾ ਹੁੰਦਾ ਸੀ ਤੁਹਾਡੇ ਵਾਲਦ ਦਾ ਤਲਕ ਸੀ ਉਹਨਾਂ ਹਾਂ ਸਾਡੇ ਵਾਲਦਾਂ ਦਾ ਤਲਕ ਸੀ ਸਾਡੇ ਘਰ ਬੈਠਾ ਸੀ ਆ ਕੇ ਜਿਉਂ ਜਣ ਲੱਗੇ ਆ ਅੱਛਾ ਤੇ ਆ ਸਮਾਨ ਘਰਾਂ ਦਾ ਲੱਦ ਕੇ ਮੇਰੇ ਪਿੰਡ ਸਟਿਆਓ ਆਲੂਪੁਰ ਅੱਛਾ ਤੇ ਮੈਂ ਫਿਰ ਤੁਹਾਨੂੰ ਦੇ ਦੂੰਗਾ ਜਿਹੜਾ ਮੁੜ ਪਏ ਅੱਛਾ ਉਹਨੇ ਕਿਹਾ ਸਮਾਨ ਤੁਸੀਂ ਮੈਨੂੰ ਫੜਾ ਜਾਓ ਜੇ ਤੇ ਮੁੜੇ ਹੋਗੇ ਤੇ ਮੇਰੇ ਕੋਲ ਲੈ ਜਾਓ ਤੇ ਉਹਦੇ ਮੁੰਡੇ ਹੈਗੇ ਸੀ ਇੱਕ ਨਾ ਹਰਨਾਮ ਸਿੰਘ ਜੀ ਇੱਕ ਨਾ ਦਲੀਪ ਸਿੰਘ ਉਹ ਜਿਹੜਾ ਹਰਨਾਮ ਸਿੰਘ ਸੀ ਉਹ ਜੱਟਾਂ ਸਿੱਖਾਂ ਦੀ ਟਾਣੀ ਨਾਲ ਰਲ ਕੇ ਮੁਸਲਮਾਨ ਵੜਦਾ ਫਿਰਦਾ ਅੱਛਾ ਜਿਹੜਾ ਹਰਨਾਮ ਸਿੰਘ ਉਹਦਾ ਮੁੰਡਾ ਸੀ ਇਹ ਆਲੂਪੁਰ ਦੇ ਸੀਗੇ ਇਹ ਆਲੂਪੁਰ ਦੇ ਸੀ ਠੀਕ ਹੈ ਠੀਕ ਇਹਨਾਂ ਨਾਲ ਤੁਹਾਡੇ ਬਾਪ ਦਾ ਮੇਲ ਜੋਲ ਹੈ ਸੀ ਉਹ ਪਟੋਰੀ ਦੇ ਜਿਹੜੇ ਮੈਂ ਤੁਹਾਨੂੰ ਦੱਸਿਆ ਇੱਕ ਨਾਂ ਚੇਤਾ ਸਿੰਘ ਸੀ ਉਹਦਾ ਮੁੰਡਾ ਤਾਰਾ ਸਿੰਘ ਛੋਟਾ ਸੀ ਜਿਹੜਾ ਮਾੜਾ ਸੀ ਉਹ ਸਾਧ ਹੋ ਗਿਆ ਸੀ ਬਾਬਾ ਜੀ ਜਦੋਂ ਤੁਸੀਂ ਪੈਲੀ ਪੁਲੀ ਵਾਹੁਣ ਜਾਂਦੇ ਸੀ ਜਾਂ ਕਿਤੇ ਜਾਂਦੇ ਸੀ ਮਰੱਬੇ ਤੇ ਸਾਰੇ ਸਰਦਾਰ ਉੱਥੇ ਮਿਲਦੇ ਸੀ ਵਾਹੀ ਬੀਜੀ ਕਰਦੇ ਮਿਲਦੇ ਸਾਡੇ ਸਾਰੇ ਅਸੀਂ ਮੈਂ ਪਸ਼ੂ ਚਾਰਦਾ ਲਿਆਉਣਾ ਸੀ ਕੁੜੀਆਂ ਨੂੰ ਅੱਛਾ ਕੀ ਨਾਂ ਸੀ ਉਹਨਾਂ ਦੇ ਕੁੜੀਆਂ ਦੇ ਬੱਗਾ ਸਿੰਘ ਦੀਆਂ ਕੁੜੀਆਂ ਦਾ ਮੈਂ ਕੋਹ ਚਾਰਦਾ ਲਿਆ ਕੀ ਨਾਂ ਸੀ ਉਹਨਾਂ ਦੇ ਨਾਂ ਨਹੀਂ ਚੇਤੇ ਅੱਛਾ ਉਹ ਵੇਲਾ ਚੰਗਾ ਸੀ ਉਦੋਂ ਨਾ ਉਹਨਾਂ ਕੋਈ ਨਹੀਂ ਸੀ ਵੱਢ ਮਾਰਨਾ ਕੋਈ ਇੱਕ ਦੂਜੇ ਨੂੰ ਮਾੜਾ ਸਮਝ ਧੀਆਂ ਭੈਣਾਂ ਦਾ ਹਯਾ ਸੀ ਹਯਾ ਸੀ ਉਦੋਂ ਨਹੀਂ ਸੀ ਕੋਈ ਤੇ ਜਦੋਂ ਉੱਠਣ ਲੱਗੇ ਉਦੋਂ ਵੱਢ ਮਾਰ ਸ਼ੁਰੂ ਹੋ ਅਸੀਂ ਉੱਠ ਕੇ ਆਏ ਹਾਂ ਰਾਤ ਦੇ 3 ਵਜੇ ਉੱਠੇ ਹਾਂ ਅੱਛਾ ਗੱਡੇ ਲੱਦੇ ਅਸੀਂ ਦਾਣਾ ਪੱਕਾ ਨਹੀਂ ਲੱਦਿਆ ਗਿਆ ਸਿਰਫ ਬਿਸਤਰੇ ਲੱਦੇ ਆ ਅੱਛਾ ਗੱਡੇ ਹੁੰਦੇ ਹੀ ਲੱਕੜ ਦੇ ਪਈਆਂ ਵਾਲੇ ਉੱਥੇ ਰੌਲਾ ਪੈ ਗਿਆ ਸੀ ਜੀ ਪਾਕਿਸਤਾਨ ਉੱਧਰ ਹੋ ਗਿਆ ਹਿੰਦੁਸਤਾਨ ਇੱਧਰ ਹੋ ਗਿਆ ਅੱਛਾ ਜਲੰਧਰ ਦਾ ਜ਼ਿਲ੍ਹਾ ਆਪਣਾ ਅਤੇ ਅੰਮ੍ਰਿਤਸਰ ਦਾ ਅਤੇ ਗੁਰਦਾਸਪੁਰ ਦਾ ਪਾਕਿਸਤਾਨ 'ਚ ਆ ਗਿਆ ਅੱਛਾ ਪਹਿਲਾਂ ਖੁਆਏ ਸੀ ਪੰਜ ਸੀ ਖਰੇ ਅਤੇ 3 5 ਜ਼ਿਲ੍ਹੇ ਸੀ ਉਹ ਬਾਅਦ 'ਚ ਪਹਿਲਾਂ ਲਾਣ ਇੱਧਰ ਹੋਇਆ ਫਿਰ ਉੱਧਰ ਚਲੇ ਗਿਆ ਅੱਛਾ ਐਲਾਨ ਹੋ ਗਿਆ ਤੁਸੀਂ ਰਾਤ ਦੇ 3 ਵਜੇ ਤਿਆਰੀ ਸ਼ੁਰੂ ਕਰਤੀ ਆ ਸ਼ੁਰੂ ਕਰ ਦਿੱਤੀ ਅੱਛਾ ਅਸੀਂ ਮਈਆਂ ਦੇ ਰਸੇ ਵੀ ਲੈ ਦਿੱਤੇ ਆ ਖੋਲਤੀਆਂ ਮੱਝਾਂ ਚਾਰ ਡੰਗਰ ਜੁੱਤੇ ਗੱਡੇ ਨੂੰ ਅੱਛਾ ਤੇ ਮਈਆਂ ਖੋਲ ਦਿੱਤੀਆਂ ਦੀਵੇ ਸਾਡੇ ਅੰਦਰ ਹੀ ਬਣ ਲਏ ਉੱਦਾਂ ਹੀ ਬਲਦੇ ਸੀ ਉੱਦਾਂ ਹੀ ਬਲਦੇ ਓਹੋ ਤੇ ਜਦੋਂ ਫਿਰ ਅਸੀਂ ਪਿੰਡੋਂ ਮੇਰੇ ਬਾਹਰ ਨਿਕਲ ਗਏ ਅੱਛਾ ਮੈਨੂੰ ਇੱਕ ਗੱਲ ਦੱਸੋ ਬਾਬਾ ਜੀ ਤੁਹਾਡੇ ਦਰਦ ਨੂੰ ਅਸੀਂ ਮਹਿਸੂਸ ਕਰਦੇ ਹਾਂ ਨਵੀਂ ਨਸਲ ਤਾਂ ਨਹੀਂ ਕਰਦੀ ਜਿਹੜੇ ਘਰਾਂ 'ਚ ਤੁਸੀਂ ਨਸਲਾਂ ਤੋਂ ਰਹਿਣ ਦੇ ਸੀ ਉੱਥੇ ਤੁਹਾਡੇ ਬਾਪ ਦਾਦਿਆਂ ਦੀਆਂ ਢੇਰੀਆਂ ਵੀ ਰਹਿ ਗਈਆਂ ਆਹੋ ਉੱਥੇ ਉਹ ਘਰ ਛੱਡਣ ਲੱਗੇ ਇੱਕ ਦਰਦ ਤਾਂ ਹੋਇਆ ਹੋਣਾ ਤਕਲੀਫ ਹੋਈ ਬੜੀ ਤਕਲੀਫ
ਤਕਲੀਫ ਹੋਈ ਜਦੋਂ ਘਰ ਛੱਡੇ ਭਰੇ? ਬਹੁਤ ਬੜੀ ਤਕਲੀਫ ਹੋ ਗਈ। ਸਾਡੇ ਘਰਾਂ ਦੇ ਵਿੱਚ ਕਣਕਾਂ ਪੜੋਲੇ ਕੱਚੇ ਹੁੰਦੇ ਸੀ। ਅੱਛਾ, ਕੱਚੇ ਪੜੋਲੇ ਹੁੰਦੇ ਸੀ ਉਦੋਂ। ਅੱਛਾ, ਗੋਲਾਂ ਛੱਕ ਜਾਂਦੀਆਂ, ਚੌਲਾਂ ਦੀਆਂ ਚਾਟੀਆਂ ਭਰੀਆਂ ਹੁੰਦੀਆਂ ਕੋਠੀਆਂ ਤੇ, ਸਭ ਕੁਛ ਛੱਡ ਕੇ ਉੱਠੇ, ਇੱਕ ਦਾਣਾ ਨਹੀਂ ਚੁੱਕਿਆ ਭਰੇ ਘਰ ਛੱਡ ਕੇ। ਨਵੀਂ ਨਸਲ ਤੁਹਾਡਾ ਦੇਣ ਨਹੀਂ ਦੇ ਸਕਦੀ ਕਦੀ ਵੀ। ਤੁਸੀਂ ਲੋਕਾਂ ਨੇ ਇਸ ਮੁਲਕ ਦੀ ਖਾਤਰ ਆਪਣਾ ਸਾਰਾ ਕੁਛ ਕੁਰਬਾਨ ਕੀਤਾ ਵਾ। ਤੁਰ ਪਿਆ ਪਿਆ ਜੀ, ਤੇ ਮੈਂ ਗਿਆ, ਦੁਨੀਆ ਸਾਰੀ ਨਿਕਲ ਗਈ ਪਿੰਡ। ਅੱਛਾ, ਹੋਰ ਪਿੱਛੋਂ ਵੀ ਪਿੰਡ ਆ ਗਏ, ਸਾਡੇ ਪਿੰਡ ਬਹਿ ਗਏ ਸੀ ਪਿਛਲੇ ਪਡੋਰੀ ਵੱਲੋਂ, ਜੱਬੋਦਾਰ, ਖੁਰਦਾਂ, ਡਾਠ ਵਾਲਾ, ਇੱਧਰ ਪਿੰਡ ਸਾਰੇ ਉੱਠ ਕੇ ਭੱਜੇ ਆਉਂਦੇ ਸੀ। ਤੁਹਾਡੇ ਪਿੰਡ ਆ ਕੇ ਸਾਰਾ ਪਿੰਡ ਮੁਸਲਮਾਨਾਂ ਦਾ? ਸੁਲਤਾਨਪੁਰ ਵੱਢ ਮਾਰ ਹੋਣ ਡਈ ਸੀ। ਅੱਛਾ, ਸੁਲਤਾਨਪੁਰ ਵੱਢ ਮਾਰ ਹੋਣ ਡਈ ਸੀ, ਦੁਨੀਆਂ ਸਾਰੀ ਉੱਠ ਕੇ ਭੱਜ ਤੁਰੀ ਸੀ। ਅੱਛਾ, ਫਿਰ ਤੇਰੇ ਵਰਗੇ ਸਿਆਣੇ ਬੰਦੇ ਇੱਦਾਂ ਇੱਦਾਂ ਚਾਦਰਾਂ ਫੇਰਨ ਲੱਗ ਪਏ ਕਾਫਲੇ 'ਚ। ਕਾਫਲਾ ਸੀ ਕੌਣ ਕਾਫਲਾ, ਬਈ ਖੜੋ ਜਾਓ, ਵੱਢ ਮਾਰ ਬੰਦ ਹੋ ਗਈ ਆ ਤੇ ਪਿੰਡ 'ਚ ਬਹਿ ਜਾਓ ਅਤੇ ਕੋਈ ਖਾਣ ਪੀਣ ਨੂੰ ਮਿਲਦਾ ਜਾ। ਅੱਛਾ, ਉਹ ਫਿਰ ਲਾਂਗਲੇ ਜਿਹੜੇ ਆਏ ਸੀ, ਉਹ ਸਾਡਿਆਂ ਘਰਾਂ ਤੋਂ ਉਹਨਾਂ ਨੇ ਚੁੱਕ ਲਿਆ ਖਾਣ ਖੂਣ ਨੂੰ, ਅਤੇ ਸਾਡੇ ਕੋਲ ਨਹੀਂ ਕੋਈ, ਸਾਡੇ ਜਿਲ੍ਹੇ ਸੀ ਗੱਡੀਆਂ 'ਤੇ ਅਸੀਂ ਲੱਗੇ ਸਨ। ਅੱਛਾ, ਅਸੀਂ ਫਿਰ ਆਪਣਾ ਗਿਆ ਪਿੰਡੋਂ, ਰੱਬਾ ਹੱਡੋਂ ਚਲੇ ਗਏ, ਫਿਰ ਮੈਂ ਪਿੰਡ ਗਿਆ, ਬੰਦਾ ਕੋਈ ਨਹੀਂ ਸੀ ਪਿੰਡ 'ਚ। ਅੱਛਾ, ਚੂੜੇ ਲੁੱਟਣ ਡਿਆ ਸਾਡੇ ਘਰਾਂ 'ਚ। ਅੱਛਾ, ਉਹਨਾਂ ਮੈਨੂੰ ਕੁਛ ਕਿਹਾ, ਮੈਂ ਪ੍ਰਣੀ ਭੱਜ ਗਈ ਸੀ, ਪਸ਼ੂ ਅੱਕਦਿਆਂ ਛੋਟਾ ਭੱਜ ਗਿਆ, ਫਿਰ ਮੈਂ ਪਿੰਡੋਂ ਲੈਣ ਗਿਆ। ਅੱਛਾ, ਡੰਗਰਾਂ ਵਾਲਾ ਛੋਟਾ ਸੀਗਾ, ਟੁੱਟ ਗਿਆ, ਲੈਣ ਗਏ ਸੀ ਉਹ, ਮੈਂ ਲੈਣ ਗਿਆ, ਘੋੜੀਆਂ ਤੇ ਸਾਡੀਆਂ ਬਣਾ ਕੇ ਰੱਖੇ ਹੁੰਦੇ ਬੁੱਢੇ। ਅੱਛਾ, ਉਹ ਮੈਂ ਲਿਆ ਕੇ ਦੰਦਰ ਦਾਤੀ ਲਈ, ਬੱਕਰੀਆਂ ਅੜਾ ਅੜਾ ਕੇ ਲਿਆ ਕੇ ਕਰਨ ਡਈਆਂ ਸੀ, ਉਹਨਾਂ ਦੇ ਰੱਸੇ ਵੱਢ ਦਿੱਤੇ ਮੈਂ, ਉਹ ਦੰਦਰ ਕਣਕ ਦੀ ਢੇਰੀ ਲੱਗੀ ਸੀ ਉੱਥੇ ਜਾ ਲੱਗੀ ਬੱਕਰੀਆਂ, ਬੱਕਰੀਆਂ ਜਾ ਕੇ ਕਣਕ ਖਾਣ ਲੱਗ ਪਈ, ਜਿਹੜੀ ਢੇਰੀ ਲੱਗੀ ਉਹ ਕਣਕ ਖਾਣ ਲੱਗ ਪਈ। ਅੱਛਾ, ਦੇਖੋ ਮੈਂ ਹੈਰਾਨ ਹਾਂ ਇੱਕ ਚੀਜ਼ 'ਤੇ, ਨਾਜ਼ਰੀਨ ਤੁਸੀਂ ਸੁਣਦੇ ਪਏ ਜੇ, ਕਿ ਬਾਬਿਆਂ ਦੇ ਅੱਗੇ ਉਹ ਜਿਹੜਾ ਸੀਨ ਅੱਖਾਂ ਅੱਗੇ ਉੱਦਾਂ ਹੀ ਘੁੰਮਦਾ ਹੋਣਾ ਬੱਕਰੀਆਂ ਜਦੋਂ ਖਾਂਦੀਆਂ ਸੀ, ਉਹ ਨਜ਼ਰ ਆਉਂਦਾ ਜੋ ਹੋਇਆ। ਸਾਨੂੰ, ਅਸੀਂ ਕਦਰ ਕਰਨੀ ਚਾਹੀਦੀ ਇਹਨਾਂ ਬਜ਼ੁਰਗਾਂ ਦੀ ਜਿਨ੍ਹਾਂ ਨੇ ਸਾਰਾ ਕੁਛ ਛੱਡਿਆ ਵਾ ਉਸ ਵੇਲੇ। ਫਿਰ ਅਸੀਂ ਜੋ ਤੁਰੇ ਹਾਂ, ਬੋਲ ਵਾਲਾ ਪਿੰਡ ਸੀ ਉਹ ਨੰਗੇ ਆ, ਗਾੜੀ ਨੂਰਪੁਰ ਸੀ ਪਿੰਡ ਉਹ ਨੰਗੇ ਆ, ਗਾੜੀ ਆ ਗਈ ਚੋਰੀ ਤਲਵੰਡੀ, ਚੋਰੀ ਬਾਈਆਂ ਪਿੰਡਾਂ ਦੇ ਮਾਲਕ ਸੀ। ਅੱਛਾ, ਅਸੀਂ ਕੱਚੇ ਬਹੁੰਦੇ, ਮੁੱਢੋ ਮੁੱਢੀ ਬਹੁੰਦੇ ਸੀ, ਅਤੇ ਸਭ ਉਸ ਕੋਈ ਨਹੀਂ ਦਿੰਦੇ। ਅੱਛਾ, ਮਾਮਲਾ ਸਾਡੇ ਕੋਲ ਲੈਂਦੇ ਸੀ, ਅਤੇ ਅਸੀਂ ਇਹਨਾਂ ਨੂੰ ਕੇਸਾ ਬੋਲੀ ਕੋਈ ਨਹੀਂ ਦਿੰਦੇ, ਉਹ ਜ਼ਮੀਨ ਸਾਡੀ ਤਾਜ਼ਮੀ ਸਾਨੂੰ ਇੱਧਰ ਆਈ, ਉਹ ਸਾਰੀ ਇਹ ਸਾਂਭ ਹੈ। ਬੱਕਰੀਆਂ ਨੇ ਜਦੋਂ ਦਾਣੇ ਖਾਧੇ ਆ, ਤੁਸੀਂ ਮੈਂ ਆ ਗਿਆ, ਮੈਂ ਲੈ ਕੇ ਭੱਜਿਆ, ਮੈਂ ਕਿਹਾ ਕੋਈ ਚੂੜਾ ਉੱਠ ਕੇ ਪਾਓ, ਮੈਂ ਚੂੜਾ ਮੈਨੂੰ ਮਾਰਨਾ, ਸਾਡੀ ਚੌਕੀਆਂ ਚੁੰਬਿਆਂ ਜਗ੍ਹਾ ਅੱਗਾਂ ਡਾਉਂਦੇ ਸੀ, ਪਹਿਲਾਂ ਅਸੀਂ ਤੁਰੇ ਆਏ ਹਾਂ ਅਤੇ ਅਸੀਂ ਆ ਗਏ ਹਾਂ ਫੱਤੂ ਢੀਂਗੇ, ਫੱਤੂ ਢੀਂਗਾ, ਫੱਤੂ ਢੀਂਗਾ। ਅੱਛਾ, ਇੱਕ ਰਾਤ ਉੱਥੇ ਬੈਠੇ, ਉੱਥੇ ਕੈਂਪ ਬੈਠਾ, ਇੱਕ ਰਾਤ ਕੈਂਪ ਬੈਠਾ, ਮੋਰਚਾ ਲੱਗਾ ਸਾਡਾ ਖਾਲੀ ਤੋਂ ਤੁਰ ਕੇ, ਰੱਬੇ ਦੋ ਮਰੱਬਿਆਂ ਨੂੰ ਪੁੱਟੀ ਗਈ ਸੀ, ਤਾਂ ਇੱਧਰ ਸੀ ਸਿੱਖ, ਸਿੱਖਾਂ ਦਾ ਪਿੰਡ ਬੰਦੂਪੁਰ। ਅੱਛਾ, ਉਹਨਾਂ ਨੇ ਗੱਡਿਆਂ ਦੀ ਲਾਈਨ ਖੜ੍ਹੀ ਕੀਤੀ ਸੀ ਅਤੇ ਅਹਿਰਾਂ ਵਿੱਚ ਵੀ ਗੋਲੀਆਂ ਮਾਰਦੇ,
ਇੱਧਰ ਮੁਸਲਮਾਨ ਮਾਰਦੇ ਫਤੂ ਟੀਂਗੇ, ਉਹਨਾਂ ਦਾ ਜ਼ੋਰ ਪੈ ਗਿਆ ਸਾਡੇ ਬੰਦੇ ਉੱਤੇ, ਬਹੁਤ ਫਟੇ ਹੋਏ, ਬਹੁਤ ਮਰੇ। ਇਹ ਜਦੋਂ ਤੁਸੀਂ ਫਤੂ ਟੀਂਗੇ ਗਏ ਆ, ਤੁਹਾਡਾ ਮਿਲਟਰੀ ਕੋਈ ਨਹੀਂ ਸੀ ਉੱਥੇ? ਹੈਂ, ਮਿਲਟਰੀ ਕੋ ਹੈਗੀ ਸੀ ਉਸ ਵੇਲੇ? ਨਹੀਂ, ਕੋਈ ਮਿਲਟਰੀ ਨਹੀਂ ਸੀ, ਆਪ ਹੀ ਸੀਗੇ ਮੁਸਲਮਾਨ, ਆਪ ਹੀ ਸੀ। ਅੱਛਾ, ਫਤੂ ਟੀਂਗੇ ਕਿੰਨੀ ਕੁ ਆਵਾਮ ਬੈਠੀ ਸੀ ਬਾਬਾ ਜੀ? ਆਵਾਮ ਬੈਠੀ ਇੰਨੀ ਵੀ ਇੰਨੀ ਲਾ ਲਓ ਵੀ ਆਹ ਕੋਲੇ ਦਾ ਅਤੇ ਆਹ ਸਾਡੇ ਪਿੰਡ ਦਾ ਅਤੇ ਇਹਨਾਂ ਪਿੰਡਾਂ ਦਾ ਜਿੰਨਾ ਦੌੜ ਵਿੱਚ ਪਿਆ, ਪਿੰਡ ਸੌ ਭੱਠਾ ਸੀ। ਅੱਛਾ, ਉੱਦਾਂ ਇੱਦਾਂ ਦੁਨੀਆ ਆਉਂਦੀ ਸੀ, ਪੈਰਾਂ ਦੇ ਪੈਰ ਵੱਡੀ ਦੇ, ਬਹੁਤ ਮਖਲੂਕ ਸੀ, ਬਹੁਤ ਮਖਲੂਕ ਸੀ। ਅਤੇ ਜਿੱਥੇ ਰਾਤ ਪੈ ਜਾਂਦੀ ਸੀ ਉੱਥੇ ਕਬਰਸਤਾਨ ਬਣ ਜਾਂਦਾ, ਖੂਹਾਂ ਯਾਰਾਂ ਪਾਤੀਆਂ ਸੀ ਨਾ। ਅੱਛਾ, ਅਤੇ ਜਿਹੜੇ ਪਾਣੀ ਪੀਂਦੇ ਸੀ ਮਰਦੇ ਜਾਂਦੇ ਸੀ, ਬੁੱਢੀਆਂ ਨੂੰ ਪਾਣੀ ਭਰਨ ਦਿੰਦੇ ਸੀ ਅਤੇ ਬੰਦਿਆਂ ਨੂੰ ਨਹੀਂ ਭਰਨ ਦਿੰਦੇ। ਮੈਂ ਆਪ ਪਾਣੀ ਲੈਣ ਗਿਆ ਖੂਹ ਤੋਂ, ਅਤੇ ਉਹ ਬੰਦਿਆਂ ਨੂੰ ਡਾਂਗ ਫੇਰ ਕੇ ਮੋੜ ਦਿੰਦੇ ਸੀ, ਜਿਹੜੀ ਜਨਾਨੀ ਦਿੰਦੀ ਚੰਗੀ ਹੁੰਦੀ ਸੀ ਫੜ ਲੈਂਦੇ, ਉਹ ਲੈ ਜਾਂਦੇ ਸੀ, ਬੁੱਢੀਆਂ ਨੂੰ ਭਰਨ ਦਿੰਦੇ ਸੀ। ਅੱਛਾ, ਇੱਕ ਗੱਲ ਆ ਬਾਬਾ ਜੀ, ਤੁਹਾਡੀ ਗੱਲ ਵਾ ਮੈਂ ਕਰਦਾ, ਕਿ ਜਦੋਂ ਔਰਤ ਨੇ ਦੇਖਣਾ ਕਿ ਮੇਰੇ ਬੱਚੇ ਨੂੰ ਪਿਆਸ ਲੱਗੀ ਆ, ਉਹਨੇ ਤਾਂ ਆਪਣੀ ਜਾਨ ਦੀ ਪਰਵਾਹ ਜਾਣਦੀ ਹੈ। ਮੈਂ ਆਪ ਪਾਣੀ ਵਾਲਾ ਪੀ ਲਿਆ ਸੀ ਅਤੇ ਮੈਂ ਡਿੰਗਦਾ ਸੀ ਮੁੜ ਕੇ, ਮੈਂ ਕਹਿੰਦਾ ਮੇਰਾ ਮੂੰਹ ਖੂਹ 'ਤੇ ਡਾ ਦਿਓ, ਮੈਂ ਸਾਰਾ ਪੀ ਲਓ, ਇੰਨੀ ਜ਼ਹਿਰ ਚੜ੍ਹੀ। ਤੁਹਾਨੂੰ ਜ਼ਹਿਰ ਵਾਲਾ ਤੁਸੀਂ ਪਾਣੀ ਪੀ ਲਿਆ ਸੀ? ਪੀ ਲਿਆ ਸੀ ਨਾ, ਮੈਂ ਲੜਿਆ ਸੀ, ਮੈਂ ਕਹਿੰਦਾ ਇਹ ਮੇਰਾ ਮੂੰਹ ਡਾ ਦਿਓ ਖੂਹ ਦੇ ਉੱਤੇ, ਮੈਂ ਸਾਰਾ ਪੀ ਜਾਵਾਂ, ਇੱਦਾਂ ਹੁੰਦੀ ਸੀ ਉਹ। ਇਹ ਦੇਖੋ ਕਿੰਨੇ ਮੰਦੇ ਹਾਲਾਤ ਸੀ, ਲੋਕ ਘਰ ਵੀ ਛੱਡੇ ਆ, ਫਿਰ ਅਸੀਂ ਫਤੂ ਟੀਂਗੇ ਉੱਠੇ ਆ ਤੇ ਗਾਲੀ ਰਤੜੇ ਆਉਂਦੇ ਆ। ਅੱਛਾ, ਰਤੜੇ ਪੀੜਾ? ਅੱਛਾ, ਪੀੜਾ ਦਾ ਸੀ? ਅੱਛਾ, ਪੀੜਾ ਦਾ ਪਿੰਡ ਸੀ। ਅੱਛਾ, ਅਸੀਂ ਉੱਥੇ ਬੜੇ ਕਾਫਲਾ ਬਹਿ ਗਿਆ, ਮੇਰਾ ਚਾਚਾ ਸੀ, ਮੈਂ ਅਸੀਂ ਚੱਲੇ ਖਾਣ ਨੂੰ ਉੱਥੋਂ ਜਾਈਏ, ਰਤੜਿਆਂ ਉਹ ਵੀ ਪਿੰਡ ਉਜੜਿਆ ਦੇ। ਅੱਛਾ, ਰਤੜੇ ਵੀ ਕਾਫਲਿਆਂ ਨੂੰ, ਅਤੇ ਅਸੀਂ ਲਿਆਉਂਦੇ 12 ਸਿਪਾਹੀ ਜਾ ਕੇ ਕਪੂਰਥਲੇ ਵਾਲੇ ਮਹਾਰਾਜੇ। ਅੱਛਾ, ਹਿੰਦੂ ਸਿਪਾਹੀ। ਅੱਛਾ, ਇਹ ਚਾਰਜ ਫਿਰ ਭੈਣ ਸੇ ਸਿੱਖ ਪੈਂਦੇ, ਬੁੜੀਆਂ ਨੂੰ ਘਰ ਚੁੱਕਦੇ ਲਿਆਉਂਦੇ ਸੀ, ਲਿਆਉਂਦੇ ਜਿਹੜੀ ਵੀ ਉੱਥੇ ਸਾਡਾ ਯਾਰਾਂ ਦੇ ਕਾਫਲਾ ਬੈਠਾ। ਅੱਛਾ, ਗਾਂ ਲਿਆਉਣ ਵਾਲਾ ਬੰਦਾ ਕੋਈ ਨਹੀਂ ਸੀ। ਅੱਛਾ, ਰਤੜੀ ਤੁਸੀਂ ਬਾਹਰ ਖੁੱਲ੍ਹੇ ਮੈਦਾਨ 'ਚ ਬਹਿ ਗਏ? ਖੁੱਲ੍ਹੇ ਮੈਦਾਨ 'ਚ, ਉੱਥੇ ਫਿਰ ਉਹ ਜਿਹੜੇ ਹਿੰਦੂ ਸੀ ਨਾ ਸਿਪਾਹੀ ਲਿਆਉਂਦੇ ਬਾਹਰ, ਉਹ ਪਾੜਾ ਪੂਰਾ ਰੱਖਦੇ ਚਾਰਜ ਫਿਰ। ਅੱਛਾ, ਬੁੱਢੀ ਜਿਹੜੀ ਉੱਤੇ ਚੰਗੀ ਹੁੰਦੀ ਚੁਕਾ ਦਿੰਦੇ। ਅੱਛਾ, ਉਹ ਰਲ ਗਏ ਸੀ ਨਾਲ? ਉਹ ਰਲੇ ਸੀ, ਹੈਗੇ ਹਿੰਦੂ ਸੀ ਉਹ। ਅੱਛਾ, ਅਤੇ ਉੱਥੇ ਫਿਰ ਉਹ ਯਾਰਾਂ ਦਿਨ ਬੈਠਾ ਰਿਹਾ ਕਾਬਲਾ, ਫਿਰ ਅਸੀਂ ਉੱਥੋਂ ਉੱਠ ਕੇ ਤੁਰੇ ਹਾਂ, ਅਤੇ ਗਾੜੀ ਆਉਂਦਾ ਪਿੰਡ ਖਖਰੈਣ, ਉਹ ਖਖਰੈਣ ਉੱਜੜੀ ਸੀ ਉਦੋਂ। ਅੱਛਾ, ਉੱਥੋਂ ਜਿੰਨਾ ਕਿ ਗਾੜੀ ਜੂਹ ਆਉਂਦੀ ਆ, ਫਿਰ ਖੁੱਲ੍ਹੀ ਜੂਹ ਆਉਂਦੀ ਆ, ਅਤੇ ਆਉਂਦੀ ਆ ਜਿਹੜੀ ਜਲੰਧਰੋਂ ਅੰਮ੍ਰਿਤਸਰ ਨੂੰ ਲੈਣ ਆਉਂਦੀ ਆ ਗੱਡੀ ਦੀ, ਉੱਧਰ ਨੂੰ ਅਸੀਂ ਆਉਣ ਡੇ। ਅੱਛਾ, ਕਾਫਲਾ ਇੱਦਾਂ ਵੀ ਕਿਸੇ ਕੋਈ ਦਸਾਂ ਮਰਬਿਆਂ ਨੂੰ ਹੋਊਗਾ। ਅੱਛਾ, ਕਾਫਲਾ ਜਿੰਨੀ ਦੁਨੀਆ। ਅੱਛਾ, ਦਸਾਂ ਮਰਬਿਆਂ ਦੇ ਵਿੱਚ ਕਾਫਲਾ ਸੀ ਤੁਹਾਡਾ? ਦਸਾਂ ਮਰਬਿਆਂ ਦਾ ਭਾਈ। ਉੱਥੋਂ ਫਿਰ ਅਸੀਂ ਗਾੜੀ ਉਹ ਡੈਮ 'ਤੇ ਆਣ ਚੜੇ ਹਾਂ, ਲੈਨੂੰ ਪਾਠ ਹੋ ਦੁਨੀਆ ਬਹਿੰਦੀ ਆ। ਅੱਛਾ, ਗਾੜੀ ਗਡਾਣਾ ਪਿੰਡ, ਗਡਾਣਾ ਪਿੰਡ, ਗਡਾਣਾ ਜਿੱਥੇ ਹੜ੍ਹ ਆਇਆ ਸੀ। ਹਾਂ, ਹੜ੍ਹ ਪੁਲ ਬਣੇ ਸੀ ਹੇਠੋਂ ਦੀ ਪਾਣੀ ਨੂੰ, ਉਹ ਲੈਣ ਦਾ ਪੁਲ ਸੀ। ਹਾਂ, ਲੈਣ ਦਾ ਪੁਲ। ਇਹ ਹੜ੍ਹ ਤੁਹਾਡੇ ਆਉਣ ਤੋਂ ਪਹਿਲਾਂ ਆਇਆ ਸੀ ਕਿ ਤੁਹਾਡੇ ਆਇਆਂ 'ਤੇ ਆਇਆ? ਅੱਛਾ, ਅਸੀਂ ਨਿਕਲ ਆਏ ਬਾਅਦ 'ਚ ਆਇਆ। ਅੱਛਾ, ਤੁਸੀਂ ਗਡਾਣਿਓਂ ਨਿਕਲੇ, ਹੜ੍ਹ ਫੇ ਆਇਆ? ਹੜ੍ਹ ਬਾਅਦ 'ਚ ਆਇਆ ਸਰ। ਅੱਛਾ, ਅਸੀਂ ਜਿਵੇਂ ਨਿਕਲ ਆਏ। ਅੱਛਾ, ਗਡਾਣੇ ਤੁਸੀਂ ਪਹੁੰਚ ਗਏ ਆ ਸਾਰੇ ਕਾਫਲੇ ਦੇ ਨਾਲ? ਹਾਂ।
ਅੱਛਾ, ਉਹਨਾਂ ਦਿਨਾਂ 'ਚ ਬਾਰਿਸ਼ਾਂ ਬੜੀਆਂ ਹੁੰਦੀਆਂ, ਤੁਹਾਡੇ ਕਾਫਲੇ ਉੱਤੇ ਹੋਈ ਬਾਰਿਸ਼? ਬਾਰਿਸ਼ ਸਾਡੇ ਹੁੰਦੀ ਰਹੀ ਆ, ਸਾਡਾ ਗੱਡਾ ਬਾਜ਼ਾਰ ਹੁੰਦੇ ਸੀ, ਕਸਬਾ ਜਾਂ ਸ਼ਹਿਰ ਸੀਗਾ, ਤੇ ਉਹ ਨਾ ਮੀਂਹ ਉਤੋਂ ਲੱਥਾ, ਅਸੀਂ ਗੱਡਾ ਛੱਡ ਕੇ ਘਰ ਨੂੰ ਭੱਜਦੇ, ਉਹ ਚਾਹ ਸਾਡਾ ਵਾਕ ਬਣਦਾ ਸਾਡੀ ਪਿੰਡ ਜਾਂਦਾ, ਉਹਦੇ ਘਰ ਜਾਂਦੇ ਹਾਂ, ਉੱਥੇ ਗਏ ਤੇ ਉਹਦੇ ਬੂਹੇ ਲੱਗੇ ਤੇ ਲੋਂਡੀ ਉਜੜ ਗਈ, ਸਿੱਖ ਜਿਹੜੇ ਲੋਂਡੀ ਨੀ ਤੜੀ, ਕੱਲੂ ਫੋਨ ਲੱਗਾ ਜਿਹੜਾ ਬਾਹਰ ਨਿਕਲਿਆ ਉਹ ਮਾਰ ਦੇਣਾ ਗੋਲੀ ਮਾਰ, ਗਵਰਨਮੈਂਟ ਦਾ ਆਰਡਰ ਸੀ, ਸਿੱਖ ਅੰਦਰ ਨੀ ਤੜੇ ਸੀ, ਇਹ ਬਾਹਰ ਖੁੱਲ੍ਹੇ ਹੁੰਦੇ ਉਹਨੂੰ ਮਾਰ ਦੇਣੀ, ਪਾਸਿਓਂ ਪਾਸਿਓਂ ਵੀ ਲੋਕਾਂ ਦੇ ਅੱਗੇ ਮਾਰ ਮਾਰ ਛੋਟੇ ਪਜਾਦਾ ਹੈ, ਲੈਨ ਗੱਡੀ ਆਉਂਦੀ ਸੀ ਕਦੇ ਮਰੱਬਿਆਂ ਦੀ ਲੈਨ ਗੱਡੀਆਂ ਦੀ, ਉਹ ਸਾਡਾ ਗੱਡਾ ਚੜ ਗਿਆ ਬੋਰਡ ਦੀ ਚੜ ਕੇ ਤਲਵਾਰਾਂ ਸੀ ਰੋਟੀਆਂ ਟੱਬਰ ਦੀ ਜਾਨ ਬਚਾਈ, ਓਹਨੇ ਬਚਾਈ, ਉਹ ਫਿਰ ਗੱਡਾ ਸਿੱਧਾ ਉਹਨੇ ਕਰਾਇਆ, ਮਗਰ ਮਗਰ ਡਾਂਗਾ ਮਾਰ ਮਾਰ ਪਜਾਣੀਏ ਕਾਫਲੇ, ਮਗਰ ਮਗਰ ਹੀ ਗਏ, ਰਲ ਗਏ ਕਾਫਲੇ ਨਾਲ, ਰਲ ਗਏ ਜਦੋਂ ਉਹ ਸਾਡੇ ਵੇਹਿਆਂ ਫਿਰ ਸਿੱਖਾਂ ਦਾ ਹੈੱਡਕੁਆਰਟਰ ਖੁੱਲ ਗਿਆ, ਉਹਨਾਂ ਸਿੱਖਾਂ ਉੱਥੇ ਲੁੱਟ ਲਈਆਂ ਗੱਡੀਆਂ, ਅਸੀਂ ਥੋੜਾ ਜਾ ਮਰੱਬਾ ਖਾਂ ਵਾ ਪਿੱਛੇ ਵੱਡ ਮਾਰ ਹੋਣ ਲੱਗ ਪਈ, ਤੁਸੀਂ ਮਰੱਬਾ ਅੱਗੇ ਸੀ ਤੁਹਾਡੇ ਪਿੱਛੇ ਮਾਰ ਵੱਡ ਹੋਣ ਦੀ ਹੋਣ ਲੱਗ ਪਈ, ਤਲਵੰਡੀ ਕਦੋਂ ਵੱਡ ਟੁੱਟ ਗਿਆ, ਤੁਸੀਂ ਇਹ ਜਿਹੜੀ ਮਾਰ ਵੱਡ ਹੁੰਦੀ ਸੀਗੀ ਜਦੋਂ ਪਿੱਛੇ ਜੋ ਤਲਵਾਰਾਂ ਚੱਲਦੀਆਂ ਚੀਕਾਂ ਚੂਕਾਂ ਦੀਆਂ ਆਵਾਜ਼ਾਂ ਸੁਣਦੇ ਤਾਂ ਹੋਣੇ ਆ, ਸੁਣਦੀਆਂ ਹੀ ਰੋਣ ਦੀ, ਤੋ ਸਾਰਾ ਸੁਣਦਾ ਹੀ ਕੀ ਤੇ ਬਾਬਾ ਜੀ ਉਸ ਵੇਲੇ ਲੋਕ ਡਰੇ ਵੀ ਹੋਣੇ ਆ, ਕੀ ਪਤਾ ਕਦੋਂ ਕਿਹੜੇ ਟਾਈਮ ਮੌਤ ਆ ਜਾਣੀ, ਕੀ ਹੋਇਆ ਕੀ ਪਤਾ ਕਿਹੜੇ, ਅੱਛਾ ਕੀ ਪਤਾ ਕਿਹੜੇ ਟਾਈਮ ਮੌਤ ਆ ਜਾਣੀ, ਉਤੋਂ ਵੇ ਗਡਾਣੇ ਦੀ ਇੱਕ ਰਾਤ ਬੈਠੇ ਆ, ਗਾੜੀ ਫਿਰ ਨੰਗੇ ਅੰਬਰਸਰ ਤੇ ਰਿਹਾ, ਗਾੜੀ ਢਾਇਆ ਤੇ ਬਹਿ ਗਏ, ਅੱਛਾ ਅੰਬਰਸਰ ਦੇ ਜ਼ਿਲ੍ਹੇ, ਅੱਛਾ
ਢਾਏ ਹੋ ਗਏ, ਅੱਡੇ ਅੱਡੇ ਘਾਟੀਆਂ ਉੱਚੀਆਂ ਦਰਿਆ ਦੇ ਕੰਢੇ ਤੇ, ਦਰਿਆ ਦੇ ਕੰਢੇ ਤੇ ਬਹਿ ਗਏ, ਉੱਥੇ ਬਹਿ ਗਏ ਅੱਡੇ ਲਾਗੋਂ ਦੀ ਸਾਡੇ ਪਿੰਡਾਂ ਦੇ ਦਰਿਆ ਉਹ ਫਿਰ ਉੱਥੇ ਰਾਤ ਫਿਰ ਨਾ ਫੌਜ ਨੇ ਸਾਨੂੰ ਫੜਿਆ ਗਡਾਣਿਓ, ਜਵਾਨ ਗਏ ਬਲੋਚ ਮਿਲਟਰੀ ਲਾਹੌਰ, ਇਹਨਾਂ ਫਿਰ ਜਾ ਕੇ ਸਾਨੂੰ ਬਚਾਇਆ ਗਡਾਣੇ ਥਾਣੇਦਾਰ ਸੀ ਤੇ ਉਹ ਸਿਪਾਹੀ ਸੀ ਬਾਰਾਂ ਜਿਹੜੇ ਪਿੱਛੇ ਪਿੱਛੇ ਜਿਹੜੇ ਸਾਡੇ ਗੱਡੇ ਟੁੱਟਣੇ ਰਹਿ ਗਏ ਸੀ ਉਹ ਲੁੱਟਣ ਡੇ ਪਏ, ਉਹ ਸਿਪਾਹੀ ਤੇ ਨਾਲ ਥਾਣੇਦਾਰ ਸੀ ਘੋੜੀ ਤੇ ਕੇਰ ਸਿੰਘ, ਉਹ ਲੁਟਾਉਣ ਡੇ ਪਿਆ ਇਧਰੋਂ, ਫਿਰ ਲੈਣ ਤੇ ਗੱਡਾ ਸਾਡਾ ਵੀ ਚੜਿਆ, ਉਦੋਂ ਫੌਜ ਆ ਗਈ ਸਾਨੂੰ ਪੁੱਛਦੀ ਆ ਪਿੱਛੇ ਕੀ ਹੋ ਰਿਹਾ, ਅਸੀਂ ਕਿਹਾ ਸਿੱਖ ਸਾਡੇ ਗੱਡੇ ਲੁੱਟਣ ਡੇ ਪਿਆ ਜਿਹੜੇ ਪਿੱਛੇ ਪਿੱਛੇ ਆਈ ਆਉਂਦੇ, ਉਹਨਾਂ ਫਿਰ ਉੱਥੇ ਗੱਲ ਮਸ਼ੀਨਾਂ ਬੀੜੀ ਲੈਣ ਉੱਚੀ ਸੀ ਤੇ ਜ਼ਮੀਨ ਜ਼ਮੀਨ ਸੀ ਅੱਗੇ ਜਿੱਥੇ ਉਹ ਥਾਣੇਦਾਰ ਦੇ ਇੱਥੇ ਵੱਜੀ ਗੋਲੀ ਮੁੱਦਾ ਹੋ ਗਿਆ, ਕੇਰ ਸਿੰਘ ਉੱਥੇ ਮਾਰਿਆ ਸਿਪਾਹੀ ਮਾਰੇ ਜਿਹੜੇ ਲੁੱਟਦੇ ਸੀਗੇ ਜਿਹੜੇ ਲੁੱਟਦੇ ਸੀ ਤੇ ਉਹ ਕੇਰ ਸਿੰਘ ਦੀਆਂ ਜੇਬਾਂ ਜਾ ਕੇ ਫੋੜੀਆਂ 22,000 ਰੁਪਈਆ ਉਸ ਵੇਲੇ ਉਹਨੇ ਸਾਡੇ ਕੋਲ ਲਿਆ ਸੀ ਵੀ ਜਦੋਂ ਰਤੜੀ ਬੈਠੇ ਆ 3,000 ਰੁਪਈਏ ਗੱਡੇ ਦੀ ਗਿਰਾਈ। ਅੱਛਾ ਤੁਹਾਡੇ ਕੋਲ ਕੇਰ ਸਿੰਘ ਨੇ ਗੱਡੇ ਦੇ ਹਰ ਗੱਡੇ ਕੋਲ 3 ਰੁਪਈਏ ਲਏ ਸੀ ਗਿਰਾਈ ਗਈ ਸੀ। ਦਰਿਆ ਲੰਘ ਕੇ ਬਹਿ ਗਏ, ਇਧਰੋਂ ਜਾਂਦੀ ਆ ਸਿੱਖਾਂ ਦੀ ਗੱਡੀ ਜਿਹੜੀ ਪਾਕਿਸਤਾਨ ਚ ਜਾਣ ਦੀ ਡਰਾਈਵਰ ਕੋਈ ਮੁਸਲਮਾਨ ਹੀ ਹੋਊਗਾ ਜਿਹਨੇ ਖਿਲਾਰ ਦਿੱਤੀ ਉੱਥੇ ਡਰਾਈਵਰ ਰਲੇ ਮਿਲੇ ਫਿਰਦੇ ਉਹਨੇ ਉੱਥੇ ਲਿਆ ਖਿਲਾਰ ਦੀ ਗੱਡੀ ਆ ਲੈਣ ਤੇ ਜਿਹੜੀ ਚੱਲਦੀ ਮਿਲਟਰੀ ਦੇ ਮਾਰ ਮਾਰ ਗੋਲੀਆਂ ਤੇ ਤਾਕੀਆਂ ਡਾਕਤੀਆਂ ਜੋ ਸਿੱਖ ਸੀ ਉੱਥੇ ਪਹੁੰਚ ਛੱਡਿਆ ਉਹ ਗੱਡੀ ਸਾਰੀ ਪਹੁੰਚ ਛੱਡੀ ਗੱਡੀ ਤਬਾਹ ਕਰ ਉਹ ਫੌਜੀ ਨੇ ਕੀਤੀ ਜੋ ਇਹ ਬਾਬਾ ਜੀ ਉਹਨਾਂ ਦਾ ਵਿਚਾਰਿਆਂ ਦਾ ਵੀ ਕੀ ਕਸੂਰ ਜਿਹੜੇ ਗੱਡੀ 'ਚ ਬੈਠੇ ਸੀ ਉਹ ਫਿਰ ਹੁਣ ਉੱਧਰਲੇ ਸਿੱਖ ਮੁਸਲਮਾਨਾਂ ਨੂੰ ਬੜਾ ਮਾਰਦੇ ਨਹੀਂ ਮਾਰਦੇ ਤਾਂ ਸੀਗੇ ਲੇਕਿਨ ਇਹ ਬਸ ਬਦਲਾ ਲੈਣਾ ਜਿੱਧਰੋਂ ਸਿੱਖ ਮਜ਼ਹਬ ਦਾ ਨਾਂ ਦੇ ਕਤਲੇਆਮ ਸ਼ੁਰੂ ਕਰਤਾ। ਅੱਛਾ ਉਹ ਗੱਡੀ ਮਾਰੀ ਇਹਨਾਂ ਨੇ ਗੱਡੀ ਮਾਰਤੀ ਫਿਰ ਗਾੜੀ ਉੱਠ ਕੇ ਦੇਖੀ ਫਿਰ ਤੁਰ ਪਿਆ ਅੰਮ੍ਰਿਤਸਰੋਂ ਫਿਰ ਪਰਾਂ ਹੀ ਬਹਿ ਗਿਆ ਕਾਫਲਾ ਹਿੰਦੁਸਤਾਨ ਜੀ ਸਾਡੇ ਬੰਦੇ ਰਲ ਮਿਲ ਕੇ ਜਾਂਦੇ ਜਿਹੜੇ ਚਾਰ ਚਾਰ ਡੰਗਰ ਰੱਖੇ ਗੱਡਿਆਂ ਨੂੰ ਪੱਠੇ ਪੁੱਠੇ ਲੈਣ ਉਹ ਲੈ ਲੂ ਆਏ ਕਿ ਮੇਰੇ ਨਾਲ ਮੇਰੇ ਚਾਚਾ ਹੁੰਦਾ ਹੈ ਅਸੀਂ ਮਗਰੋਂ ਗਏ ਅਸੀਂ ਮੁਰੱਬਾ ਨਿਕਲ ਗਏ ਹਾਂ ਪਰਾਂ ਨੂੰ ਉਹ ਬਾਈ ਦਾ ਬੜਾ ਬੜਾ ਲੱਗਾ ਉੱਥੋਂ ਵੱਡਣ ਡੇ ਪਈਆਂ ਤੇ ਉਹ ਕੁਝ ਤੇ ਮੇਰੀ ਕੁਝ ਇੱਥੇ ਪਛਾਣ ਨਿਗਾ ਪਈ ਦੋ ਸਿੱਖ ਤਲਵਾਰਾਂ ਕੋਲ ਸਾਡੇ ਵੱਲ ਨੂੰ ਭੱਜੇ ਭੱਜੇ ਹੁੰਦੇ ਤੁਹਾਡੇ
ਸਾਡਿਆਂ ਨੂੰ ਮੇਰੀ ਨਿਗਾਹ ਨਾ ਪੈਂਦੀ ਤੇ ਉਹ ਗਾਲ ਆਣ ਚੜੇ ਸੀ ਉਹਨਾਂ ਸਾਨੂੰ ਉੱਥੋਂ ਹੀ ਵੱਢ ਦੇਣਾ ਅਸੀਂ ਫਿਰ ਬੱਕਰੀਆਂ ਵਿੱਚ ਸਿੱਟੀਆਂ ਲੀੜੇ ਸਿੱਟੇ ਜਿਉਂ ਭੱਜੀਆਂ ਉਹਨਾਂ ਦੇ ਅੱਗੇ ਅੱਗੇ ਕਿਲੇ ਕਿਲੇ ਦੀ ਵੇਖ ਰਹੀ ਕਿਲੇ ਕਿਲੇ ਦਾ ਵਕਫਾ ਰਿਹਾ ਫਿਰ ਅਸੀਂ ਕਾਫਲੇ ਚੋ ਗਏ ਫਿਰ ਅਸੀਂ ਕਾਫਲੇ ਜਾ ਗਏ ਉੱਥੋਂ ਫਿਰ ਕਾਫਲਾ ਉੱਠਿਆ ਤੇ ਫਿਰ ਨੰਘਿਆ ਅੰਮ੍ਰਿਤਸਰ ਦੇ ਵਿੱਚ ਦੀ ਅੰਮ੍ਰਿਤਸਰ ਦੇ ਦੱਖਣ ਦੇ ਬੰਨੇ ਉੱਥੋਂ ਫਿਰ ਅੰਮ੍ਰਿਤਸਰ ਦੇ ਵਿੱਚੋਂ ਨਹੀਂ ਲੰਘ ਕੇ ਤੇ ਫਿਰ ਅਸੀਂ ਗਾਂ ਸਰਹੱਦੀ ਦੇ ਆ ਗਏ ਗਾ ਕਿਹੜੀ ਜਗ੍ਹਾ ਆ ਬਾਰਡਰ ਵਾਗਾ ਵਾਗੇ ਆ ਗਏ ਵਾਗੇ ਆ ਗਏ ਅੱਛਾ ਇੱਥੇ ਦੇ ਆਟੇ ਦੀਆਂ ਤਾਂਘਾਂ ਲੱਗੀਆਂ ਅੱਛਾ ਜਦੋਂ ਤੁਸੀਂ ਵਾਗੇ ਆਏ ਆ ਮਿਲਟਰੀ ਨੇ ਦੱਸਿਆ ਵਾਗਾ ਆ ਗਿਆ ਆਹੋ ਸ਼ਾਮ ਸਿੰਘ ਟਾਰੀ ਅੱਛਾ ਸੁਣੀ ਸੁਣਿਆ ਨਾ ਸ਼ਾਮ ਸਿੰਘ ਟਾਰੀ ਹੁਣ ਵੀ ਇੱਥੇ ਆਈ ਤੇ ਨਹੀਂ ਜਦੋਂ ਤੁਹਾਨੂੰ ਦੱਸਿਆ ਕਿ ਲਓ ਜੀ ਬਜ਼ੁਰਗੋ ਮਿਲਟਰੀ ਨੇ ਕਿਹਾ ਹੁਣ ਪਾਕਿਸਤਾਨ ਆ ਗਿਆ ਆਹੋ ਜਿਹੜੇ ਕੈਂਪ ਕਾਫਲਾ ਨੂੰ ਖੁਸ਼ੀ ਹੋਈ ਉਸ ਨੇ ਬੜੀ ਫਿਰ ਉਹਨਾਂ ਨੇ ਅਚਾਰ ਸਾਡੇ ਲਈ ਰੱਖਿਆ ਅੰਬਾਂ ਦਾ ਮਿਰਚਾਂ ਦਾ ਖਟੀਆਂ ਦਾ ਤਿੰਨ ਬੁੱਕ ਜੀ ਨੂੰ ਆਟੇ ਦੇ ਦਿੰਦੇ ਜਿੰਨਾ ਕਾਫਲਾ ਤਾਂਘਾਂ ਲੱਗੀਆਂ ਸੀ ਆਟੇ ਦੀਆਂ ਉੱਥੇ ਬਾਗੇ ਬਾਰਡਰ ਤੇ ਬਾਰਡਰ ਬਾਰ ਕੀਤਾ ਜਿੱਥੇ ਬਹਿਗਾ ਕਾਫਲਾ ਉਥੋਂ ਉੱਠਦਾ ਹੀ ਨਹੀਂ ਛੇਤੀ ਠਾਕਦੇ ਨੀ ਇੱਕ ਮਹੀਨਾ ਤੁਸੀਂ ਤੁਰਦੇ ਰਹੇ ਤੁਰਦੇ ਰਹੇ ਬਾਦਸ਼ਾਹ ਵੀ ਤੁਹਾਡੇ ਤੇ ਹੁੰਦੀਆਂ ਰਹੀਆਂ ਗੱਡੇ ਸਾਡੇ ਉਹ ਗੱਡੇ ਸੀ ਜਿਹੜੇ ਬਗੈਰ ਗੱਡਿਆਂ ਦੇ ਉਹ ਤੇ ਛੇਤੀ ਭੱਜਿਆ ਮਹੀਨਾ ਪੂਰਾ ਇੱਕ ਹੀ ਸੂਟ ਰਿਹਾ ਉਹ ਇੱਕੋ ਹੀ ਸਾਡੇ ਕੋਲ ਲੀਲਾ ਕੋਈ ਨੀ ਅਸੀਂ ਉਹ ਜਿਹੜੇ ਆਟਾ ਸਾਡਾ ਥੋੜਾ ਬਹੁਤਾ ਵਿੱਚ ਰੱਖਿਆ ਸੀ ਉਹ ਮੀਆਂ ਨਾਲ ਚੋ ਚੋ ਕੇ ਭੇਜਿਆ ਸੀ ਉਹ ਤੋੜ ਤੋੜ ਖਾਂਦੇ ਅੱਛਾ ਆਟਾ ਜਿਹੜਾ ਮੀਂਹ ਨੇ ਭੇਜਿਆ ਸੀ ਖਰਾਬ ਉਹ ਵੀ ਖਾਂਦੇ ਰਹੇ ਉਹ ਤਾਂ ਤੋੜ ਤੋੜ ਲੀੜਿਆਂ ਨਾਲ ਖਾਂਦੇ ਸੀ ਖਾਣ ਨੂੰ ਕੋਈ ਨਹੀਂ ਲਾ ਅੱਛਾ ਬੜਾ ਹੀ ਇੱਕ ਬਾਬਾ ਜੀ ਬੜਾ ਮਾੜਾ ਵੇਲਾ ਸੀ ਜਿਹੜਾ ਤੁਸੀਂ ਲੋਕਾਂ ਨੇ ਵੇਖਿਆ ਵਾ ਨਵੀਂ ਨਸਲ ਨੂੰ ਇਹ ਚੀਜ਼ ਅਸੀਂ ਭੁੱਲ ਚੁੱਕੇ ਹਾਂ ਬਲਕਿ ਸਾਡੀ ਗੌਰਮੈਂਟ ਵੀ ਇਸ ਚੀਜ਼ ਨੂੰ ਭੁਲਾਈ ਬੈਠੀ ਆ ਮੈਂ ਤਾਂ ਗੌਰਮੈਂਟ ਅੱਗੇ ਗੁਜ਼ਾਰਿਸ਼ ਕਰਦਾ ਹੁੰਦਾ ਵਾਂ 14 ਅਗਸਤ ਮਨਾਈ ਦੇ ਨਾਲ ਖੁਦਾ ਦਾ ਵਾਸਤਾ ਇੱਕ ਦਿਨ ਇੱਕ ਮਖਸੂਸ ਕਰ ਲਓ ਇਹਨਾਂ ਬਾਬਿਆਂ ਦਾ ਵੀ ਤੇ ਨਵੀਂ ਨਸਲ ਨੂੰ ਦੱਸੋ ਪਾਕਿਸਤਾਨ ਇੰਜ ਬਣਿਆ ਵਾ ਇਹਦੇ ਪਿੱਛੇ ਲੋਕਾਂ ਨੇ ਜਾਨਾਂ ਦਿੱਤੀਆਂ ਵਾ ਭਰੇ ਘਰ ਛੱਡੇ ਆ ਤੇ ਲੋਕੀ ਨਵੀਂ ਨਸਲ ਨੂੰ ਪਤਾ ਹੀ ਕੋਈ ਨਹੀਂ ਹੈਗਾ ਪਾਕਿਸਤਾਨ ਬਸ 14 ਅਗਸਤ ਨੂੰ ਸਲੰਸਰ ਕੱਢ ਕੇ ਬਾਂ ਬਾਂ ਕਰਕੇ ਘਰ ਵੜ ਜਾਂਦੇ ਆ ਸੁਲਤਾਨਪੁਰੋਂ ਗਾਂ ਜਾ ਕੇ ਸੀ ਸਾਡੀ ਫੁੱਫੀ ਹੁੰਦੀ ਦਸੂੜੀ ਪਿੰਡ ਸੀ ਅੱਛਾ ਖੱਤਰੀਆਂ ਦਾ ਅੱਛਾ ਉਹਦੇ ਵਿੱਚ ਅਸੀਂ 30 ਘਰ ਰਹੀਆਂ ਨੇ ਅੱਛਾ ਤੇ ਉਹ ਜਿਹੜੇ ਸੀ ਪਿੰਡ ਸਾਰਾ ਖੱਤਰੀਆਂ ਦਾ ਸੀ ਮੈਂ ਆਪ ਵੇਖਿਆ ਉਹ ਪਿੰਡ ਅੱਛਾ ਉਹ ਸਾਥੋਂ ਦਾ ਹੈ ਸੁਲਤਾਨਪੁਰੋਂ ਅੱਗੇ ਜਾ ਕੇ ਅੱਛਾ ਉਹ ਤਾਂ ਸਾਡੀ ਫੁੱਫੀ ਧੀ ਸੀ ਜਵਾਨ ਕੁੜੀ ਅੱਛਾ ਤੇ ਹੋਰ ਵੀ ਕੁੜੀਆਂ ਰਹੀਆਂ 30 ਘਰ ਰਹੀਆਂ ਹੁੰਦੇ ਸੀ ਬਾਕੀ ਸਾਰਾ ਖੱਤਰੀਆਂ ਦਾ ਉਹ ਨਾ ਪਰਿਓ ਨਾ ਆਪਣਾ ਕਾਫਲਾ ਆਉਂਦਾ ਉੱਠੇ ਅਸਲਮ ਦਾ ਕਾਫਲਾ ਵੱਜਦਾ ਜਿਹੜਾ ਉੱਠ ਕੇ ਆਉਣ ਡਿਆ ਉਹ ਸਿੱਖਾਂ ਖੱਤਰੀਆਂ ਨੇ ਇਹਨਾਂ ਮੁਸਲਮਾਨਾਂ ਗਾੜੀ ਇੱਦਾਂ ਕੀਤਾ ਵੀ ਸਾਨੂੰ ਬਚਾਓ ਉਹ ਸਿੱਖਾਂ ਦੇ ਪਿੰਡਾਂ ਨੂੰ ਲੋਹੀ ਆਉਂਦੇ ਸੀ ਮੁਸਲਮਾਨ ਨੂੰ ਉਠਾਲ ਕੇ ਨਾਲ ਲਈ ਆਉਂਦਾ
ਉਹ ਸਲਮ ਦਾ ਕਾਬ ਅੱਛਾ ਉਸੇ ਪਿੰਡ ਨੇ ਬੁਲਾ ਦਿੱਤਾ ਅੱਛਾ ਉਹ ਪਿੰਡ ਪਿਓ ਕਾਬਦੇ ਨੇ ਬੁਲਾ ਦਿੱਤਾ ਅੱਛਾ ਉਹ ਪਿੰਡ ਬੁਲਾ ਦਿੱਤਾ ਉਹ ਬੁਲਾ ਦਿੱਤਾ ਤੀਸਰੇ ਦਿਨ ਆ ਕੇ ਬਾਹਰੋਂ ਸਿੱਖ ਪਤਾ ਆਇਆ ਉਹਨਾਂ ਰਾਈਆਂ ਦਾ ਬੱਚਾ ਬੱਚਾ ਵੱਡਿਆ ਘਰੇ ਮੇਰੀ ਫੁੱਫੀ ਦੇ ਦੋ ਮੁੰਡੇ ਵੱਡੇ ਪਿਓ ਵੱਡਿਆ ਮਾਂ ਵੱਡੀ ਕੁੜੀ ਸੀ ਜਵਾਨ ਸਾਡੇ ਵੱਲ ਵਿਆਹੀ ਸੀ ਉਹ ਉਹਨਾਂ ਪੜ੍ਹ ਲਈ ਹੋਰ ਕੁੜੀਆਂ ਨੇ ਤੀਜੀਆਂ ਮੁਸਲਮਾਨਾਂ ਨੇ ਪੜ੍ਹ ਲਈਆਂ ਅਤੇ ਬਾਈ ਲਾ ਕੇ ਉਹਨਾਂ ਨੇ ਉਸ ਪਿੰਡ ਉਹ ਫਿਰ ਅੱਛਾ ਲਸੂੜੀ ਪਿੰਡ 'ਤੇ ਹਮਲਾ ਹੋਇਆ ਅਤੇ ਬਹੁਤ ਉੱਥੇ ਕਤਲੇਆਮ ਹੋਇਆ ਬਹੁਤ ਕਤਲੇਆਮ ਹੋਇਆ ਤੁਹਾਡੇ ਕਿੰਨੇ ਰਿਸ਼ਤੇਦਾਰ ਮਾਰੇ ਗਏ ਦੱਸੋ ਸਾਡੇ ਤਾਂ ਦੱਸਿਆ ਜੀ ਵੀ ਉਹ ਸਾਡੀ ਫੁੱਫੀ ਦੇ ਮੁੰਡੇ ਦੋ ਮਾਰਤੇ ਆ ਫੁੱਫੀ ਮਾਰਤੀ ਕੋਠੀਆਂ ਚੜ੍ਹ ਕੇ ਰੂੰ ਜੀ ਲੋਕੀ ਦੇ ਉੱਥੋਂ ਕੱਢ ਕੇ ਮਾਰੀ ਫੁੱਫੜ ਵੀ ਮਾਰਤਾ ਅਤੇ ਦੋ ਮੁੰਡੇ ਦੂਜੇ ਪਿੰਡ ਪੜ੍ਹ ਗਏ ਮੁਜ਼ਾਫਰ ਉਹ ਰਾਈਆਂ ਦਾ ਹੀ ਸਾਰਾ ਉਹ ਛੋਟੇ ਮੁੰਡੇ ਉਹ ਉਸ ਪਿੰਡ ਨਾਲ ਉੱਠ ਕੇ ਆ ਗਏ ਉਹ ਇੱਧਰ ਆ ਗਏ ਅੱਛਾ ਉਹ ਦੋ ਮੁੰਡੇ ਬਚੇ ਸੀ ਉਹ ਆ ਗਏ ਇੱਧਰ ਦੂਜੇ ਕਾਫਲੇ ਨਾਲ ਆਏ ਵਿਚਾਰੇ ਤੁਹਾਡੀ ਫੁੱਫੀ ਦਾ ਸਾਰਾ ਖਾਨਦਾਨ ਮਾਰਿਆ ਗਿਆ ਸਾਰਾ ਮਾਰਿਆ ਗਿਆ ਉਹ ਦੋ ਮੁੰਡੇ ਜਿਹੜੇ ਸੀ ਉਹ ਛੋਟੇ ਰਹਿ ਗਏ ਇਹਨਾਂ ਜਿਹੜੇ ਜਿਹੜੇ ਉਹ ਫਿਰ ਸਾਡੇ ਨਾਲ ਆ ਗਏ ਇੱਥੇ ਅੱਛਾ ਉਹ ਇੱਥੇ ਨਾਲ ਹੈ ਅੱਛਾ ਔਰਤਾਂ ਵੀ ਲੈ ਗਏ ਨਹੀਂ ਪਤਾ ਚੱਲਿਆ ਬਾਅਦ ਉਸ ਪਿੰਡ ਦੀਆਂ ਨਹੀਂ ਨਹੀਂ ਚੱਲਿਆ ਹੀ ਨਹੀਂ ਜੀ ਮਿੰਟ ਵੀ ਜਾਂਦੀ ਜੀ ਪਿੱਛੇ ਪਰ ਨਹੀਂ ਲੱਭੀਆਂ ਨਹੀਂ ਲੱਭੀਆਂ ਪਿੰਡ ਦੇ ਜਿਹੜੇ ਲਵਾਰ ਸੀ ਨਾ ਉਹ ਹੁੰਦਾ ਸੀ ਨਾ ਜੱਟਾਂ ਦੀ ਸਰਾਂ ਪਿੰਡ ਗੁੱਤਾ ਜੱਟ ਸੀ ਉਹ ਮੈਂ ਆ ਵੇਖਿਆ ਉਹਦੇ ਖੂਹ 'ਤੇ ਬਗੀਚੀ ਬੜੀ ਹੁੰਦੀ ਸੀ ਅਤੇ ਗੰਗੂ ਅਤੇ ਮਹਿੰਦਰ ਉਹਦੇ ਮੁੰਡੇ ਸੀ ਭਲਵਾਨ ਮਨ ਲਵਾਰ ਸੀ ਸਾਡੇ ਪਿੰਡ ਦਾ ਮੁੰਡਾ ਸਾਡੇ ਉਹ ਘੁਲਦਾ ਹੁੰਦਾ ਸੀ ਉਹਨਾਂ ਨਾਲ ਢਾਣੀ 'ਤੇ ਜਾਂਦਾ ਸੀ ਉਹ ਅਸੀਂ ਉੱਠ ਕੇ ਇੱਧਰ ਨੂੰ ਆ ਗਏ ਉਹ ਉਹਨਾਂ ਦੇ ਖੂਹ 'ਤੇ ਚਲੇ ਗਏ ਟੱਬਰ ਹੀ ਲੈ ਗਿਆ ਸਾਰਾ ਟੱਬਰ ਹੀ ਲੈ ਗਿਆ ਚੁੱਕ ਕੇ ਟੱਬਰ ਆਪ ਹੀ ਉੱਥੇ ਚਲੇ ਗਿਆ ਅੱਛਾ ਸਿੱਖਾਂ ਕੋਲ ਉਹ ਲਵਾਰ ਉਹ ਫਿਰ ਛੇ ਮਹੀਨਾ ਸਾਲ ਕੁ ਬਾਅਦ ਨਾ ਉਹਨਾਂ ਲੱਭ ਲੁੱਭ ਕੇ ਮਿੰਟ ਜੀ ਨਾ ਬੁੱਢੀਆਂ ਦੇ ਨਹੀਂ ਦਿੱਤੀਆਂ ਅਤੇ ਉਹ ਬੰਦੇ ਦੋ ਭਰਾ ਜਿਹੜੇ ਸੀ ਉਹ ਆ ਗਏ ਬੁੱਢੀਆਂ ਨਹੀਂ ਆਉਂਦੀਆਂ ਬੁੱਢੀਆਂ ਨਹੀਂ ਆਉਣ ਦਿੱਤੀਆਂ ਨਹੀਂ ਬੁੱਢੀਆਂ ਨਹੀਂ ਆਉਣ ਦਿੱਤੀਆਂ ਉਹਨਾਂ ਨੇ ਕਿਹਾ ਸਾਡੇ ਆਪਣੇ ਤਲਕ ਵਾਸਤੇ ਵਾਲੇ ਆ ਚਲੋ ਸਾਡੀ ਜਾਨ ਬਖਸ਼ਣਗੇ ਲੇਕਿਨ ਉਸ ਵੇਲੇ ਹਾਲਾਤ ਇਹੋ ਜਿਹੇ ਬਣ ਗਏ ਹਰ ਬੰਦੇ ਹੀ ਇਹੋ ਜਿਹੇ ਬਣ ਕੇ ਜੀ ਨਾਜ਼ਰੀਨ ਤੁਸੀਂ ਸੁਣ ਰਹੇ ਆ ਕਿ ਆਪਣਾ ਘਰ ਬਾਰ ਮਾਲ ਜਾਣ ਤਾਂ ਹੈ ਹੀ ਸੀਗਾ ਕੁਰਬਾਨ ਕੀਤਾ ਇਹਨਾਂ ਲੋਕਾਂ ਨੇ ਪਾਕਿਸਤਾਨ ਦੀ ਖਾਤਰ ਜੋ ਵੀ ਇਸ ਕਲਮੇ ਦੇ ਨਾਂ 'ਤੇ ਮੁਲਕ ਬਣਿਆ ਸੀ ਇਹ ਲੋਕ ਨਿਕਲੇ ਕਿ ਚਲੋ ਜੀ ਪਾਕਿਸਤਾਨ ਇੱਕ ਰਿਆਸਤ ਬਣ ਰਹੀ ਹੈ ਇਸ ਤਰ੍ਹਾਂ ਦੀ ਕੁਰਬਾਨੀ ਵੀ ਦਿੱਤੀ ਗਈ ਉਸ ਟਾਈਮ ਅਤੇ ਬੜਾ ਹੀ ਔਖਾ ਵੇਲਾ ਸੀਗਾ ਅਤੇ ਅਸੀਂ ਇਸ ਚੀਜ਼ ਨੂੰ ਭੁੱਲ ਚੁੱਕੇ ਹਾਂ ਸਾਡੀ ਨਵੀਂ ਨਸਲ ਬਿਲਕੁਲ ਭੁੱਲ ਚੁੱਕੀ ਹੈ ਕਿ ਇਹਦੇ ਪਿੱਛੇ ਸਾਡੇ ਵੱਡਿਆਂ ਨੇ ਕੀ ਦੁੱਖ ਕੀ ਤਕਲੀਫਾਂ ਚੱਲੀਆਂ ਤੁਸੀਂ ਬਾਬਾ ਜੀ ਆ ਗਏ ਆ ਲਾਹੌਰ ਕੈਂਪ ਦੇ ਵਿੱਚ ਕੈਂਪ 'ਚ ਕਿਹੜੀ ਜਗ੍ਹਾ ਰਹੇ ਕਿੱਥੇ ਰਹੇ ਖੁੱਲ੍ਹੀ ਜਿਹੀ ਜਗ੍ਹਾ ਸੀ ਉਹ ਲਾਹੌਰ ਛੋਟਾ ਹੀ ਸੀ ਅੱਛਾ ਅਤੇ ਇੱਕ ਰਾਤ ਅਸੀਂ ਉੱਥੇ ਬੈਠੇ ਹਾਂ ਕੈਂਪ 'ਚ ਲਾਹੌਰ ਕੈਂਪ 'ਚ ਫਿਰ ਉੱਥੋਂ ਰਾਤ ਬੈਠੇ ਹਾਂ ਅਤੇ ਦਿਨ ਨੂੰ ਵੀ ਉੱਥੋਂ ਤੁਰ ਪਿਆ ਕਾਬ ਲਾ ਉਹ ਫਿਰ ਕੋਈ ਐਨੂੰ ਹੋ ਗਿਆ ਕੋਈ ਐਨੂੰ ਹੋ ਗਿਆ ਜਿੱਦਾਂ ਜਿੱਦਾਂ ਰਾਹ ਹੋਇਆ ਅਸੀਂ ਵਿਆਹ ਛੱਡ ਕੇ ਸਿੱਧੇ ਤੁਰੇ ਗਏ ਅਜੇ ਹੁਣ ਲਾਹੌਰ ਆਉਂਦੀ ਕੱਚੀ ਛੱਡ ਕੇ ਸੀ ਉਦੋਂ ਅੱਛਾ ਇਹ ਕੱਚੀ ਸੀ ਜਿਹੜਾ ਲਾਹੌਰ ਫੈਸਲਾਬਾਦ ਰੋਡ ਜਿਹੜਾ ਹਾਂ ਇਹ ਕੱਚੀ ਸੀ ਉਦੋਂ ਅੱਛਾ ਅਤੇ ਅਸੀਂ ਕੋਈ 100 ਜੀ ਸੀ ਜਿਹੜਾ ਅਸੀਂ ਆਪਣਾ ਆਪਣਾ ਆਉਂਦੇ ਅਸੀਂ ਵੀ ਉੱਥੋਂ ਤੁਰੇ ਆਉਂਦੇ ਆ ਗਏ ਸ਼ਾਹਕੋਟ ਸ਼ਾਹਕੋਟ ਆਏ ਸ਼ਾਹਕੋਟ ਵੀ ਉਦੋਂ ਕੋਈ ਵਾਦੀ ਨਹੀਂ ਸੀ ਆ ਵਿਚਲਾ ਚੌਂਕ ਗਿਆ ਤੁਹਾਡਾ ਚੌਂਕ ਹੁਣ ਹੈਗਾ ਆਪਦਾ ਹੋਟਲ ਚੌਂਕ ਹਾਂ ਇਹ ਹੋਈ ਸੀ ਸਹੀ ਸਹੀ
ਇੱਥੇ ਆ ਕੇ ਅਸੀਂ ਫਿਰ ਉਹਨਾਂ ਉਹ ਕਬਰਾਂ ਹੈ ਨੀ ਪੱਲ ਬੰਨੇ ਉੱਥੇ ਫਿਰ 20 ਦਿਨ ਬੈਠੇ ਰਹੇ ਵੱਡੇ ਘਰ ਪਿੰਡ ਕੁਵੇਲਾ ਲੱਗਦਾ ਪਿੰਡ ਕੁਵੇਲਾ ਲੱਗਦਾ ਉਹ ਫਿਰ ਉਹ ਦਰਬਾਰ ਦਾ ਮਜ਼ੋਰ ਉੱਠਿਆ ਉਹਨੇ ਕਿਹਾ ਚਲੋ ਤੈਨੂੰ ਮੈਂ ਪਿੰਡ ਬਾਲ ਗਿਆ ਤੈਨੂੰ ਮੈਂ ਬਾਲ ਗਿਆ ਮੈਂ ਪਿੰਡ ਵੇਲਾ ਉਹ ਸਾਨੂੰ ਉਹ ਪਰਸਰਾਮ ਲੈ ਗਿਆ ਬੜਾ ਔਖਾ ਵੇਲਾ ਵੇਖਿਆ ਵਾ ਜਿਹੜੇ ਲੋਕ ਮਹਾਜਰ ਉਧਰੋਂ ਆਏ ਆ ਉਹ ਬੜੇ ਉਹਨਾਂ ਨੇ ਧੱਕੇ ਖਾਣੇ ਪਏ ਆ ਫੇਰ ਜਾ ਕੇ ਸੈੱਟ ਹੋਏ ਆ ਅੱਛਾ ਤੁਸੀਂ ਮੁਖਤਲਿਫ ਜਗ੍ਹਾ ਤੋਂ ਫਿਰਦੇ ਹੋਏ ਧੱਕੇ ਖਾਂਦੇ ਫਿਰ ਡੱਲਾ ਜਰਮਨੀਆਂ ਇੱਥੇ ਤੁਸੀਂ ਆ ਗਏ ਸਾਡੇ ਬੰਦੇ ਸੀ ਤੇ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਜਿਹੜੇ ਮੈਂ ਆਪਣੇ ਦੱਸਦਾ ਅੰਮ੍ਰਿਤਸਰ ਦੇ ਜ਼ਿਲ੍ਹੇ ਦੇ ਸੀ ਸਾਡੇ ਇਸ ਪਿੰਡ ਜਾ ਕੇ ਬੈਠੇ ਅੱਛਾ ਉਹ ਫਿਰ ਸਾਨੂੰ ਉੱਥੋਂ ਸੇਠ ਵਾਲੇ ਉਠਾ ਕੇ ਇੱਥੇ ਲਿਆਂਦਾ ਉਹਨਾਂ ਨੇ ਇੱਥੇ ਲਿਆਂਦਾ ਲੋ ਨਾਜ਼ਰੀਨ ਅਸੀਂ ਬਜ਼ੁਰਗ ਮੁਹੰਮਦ ਹੁਸੈਨ ਜਿਹੜੇ ਕਿ ਇਸ ਟਾਈਮ ਬੈਠੇ ਆ ਡੱਲਾ ਜਰਮਨੀਆਂ ਜਿਹੜਾ ਕਿ ਤਹਿਸੀਲ ਸ਼ਾਹਕੋਟ ਅਤੇ ਜ਼ਿਲ੍ਹਾ ਨਨਕਾਣਾ ਸਾਹਿਬ ਦੇ ਵਿੱਚ ਪਿੰਡ ਵਸਿਆ ਪਿੰਡ ਅਤੇ ਇਹ ਬਾਬਾ ਜੀ ਆਏ ਸੀ ਪਿੰਡ ਮਹਿਤਮਾ ਵਾਲਾ ਤਹਿਸੀਲ ਸੁਲਤਾਨਪੁਰ ਅਤੇ ਜ਼ਿਲ੍ਹਾ ਜਲੰਧਰ ਦੇ ਵਿੱਚੋਂ ਇਹਨਾਂ ਬਜ਼ੁਰਗਾਂ ਦੀ ਦੁੱਖ ਭਰੀ ਕਹਾਣੀ ਤੁਸੀਂ ਸੁਣੀ ਆ 47 ਦੇ ਵੇਲੇ ਬਹੁਤ ਲੋਕਾਂ ਨੇ ਦੁੱਖ ਔਰ ਤਕਲੀਫਾਂ ਬਰਦਾਸ਼ਤ ਕੀਤੀਆਂ ਵਾ ਜਦੋਂ ਪਾਕਿਸਤਾਨ ਬਣਿਆ ਉਦੋਂ ਲੋਕਾਂ ਨੇ ਬੜੇ ਦੁੱਖ ਔਰ ਬੜੀਆਂ ਤਕਲੀਫਾਂ ਝੱਲੀਆਂ ਅਤੇ ਮੈਂ ਆਪਣੀ ਵੀਡੀਓ ਦੇ ਜ਼ਰੀਏ ਮੈਸੇਜ ਦਿੰਦਾ ਹੁੰਦਾ ਕਿ 14 ਅਗਸਤ ਮਨਾਉਂਦੇ ਹਾਂ ਨਾਲ ਇੱਕ ਬਜ਼ੁਰਗਾਂ ਦਾ ਦਿਨ ਮਹਿਸੂਸ ਕਰੋ ਜਿਸ ਦਿਨ ਇਹਨਾਂ ਲੋਕਾਂ ਨੂੰ ਆਨਰ ਦਿੱਤੀ ਜਾਵੇ ਇਹਨਾਂ ਨੂੰ ਇੱਜ਼ਤ ਦਿੱਤੀ ਜਾਵੇ ਜਿਹੜੇ 7 ਲੱਖ ਲੋਕ ਮਾਰੇ ਗਏ ਜਿਸ ਵਿੱਚ ਬੜੀ ਵੱਡੀ ਤਾਦਾਦ ਦੇ ਵਿੱਚ ਸਿੱਖ ਵੀ ਮਾਰੇ ਗਏ ਬਜ਼ੁਰਗਾਂ ਨੇ ਦੱਸਿਆ ਕਿ ਇੱਕ ਟ੍ਰੇਨ 'ਤੇ ਹਮਲਾ ਹੋਇਆ ਉਹ ਟ੍ਰੇਨ ਸਾਰੀ ਮਾਰੀ ਗਈ ਇਹ ਦੋਵਾਂ ਪਾਸੇ ਬੜੀ ਮਾਰ ਵੱਢ ਹੋਈ ਸਿੱਖ ਵੀ ਮਾਰਿਆ ਗਿਆ ਅਤੇ ਮੁਸਲਮਾਨ ਵੀ ਬੜੀ ਵੱਡੀ ਤਾਦਾਦ 'ਚ ਮਾਰੇ ਗਏ ਉਸ ਵੇਲੇ ਅਤੇ ਸਾਡੀ ਗੌਰਮੈਂਟ ਨੂੰ ਚਾਹੀਦਾ ਕਿ ਇਹਨਾਂ ਦਾ ਇੱਕ ਦਿਨ ਮਹਿਸੂਸ ਕਰ ਲਵੇ ਉਸ ਦਿਨ ਸਕੂਲਾਂ ਕਾਲਜਾਂ ਦੇ ਅੰਦਰ ਇਹਨਾਂ ਦੇ ਵਾਸਤੇ ਦੁਆ ਹੋਵੇ ਔਰ ਉੱਦਣ ਪੂਰੀ ਕੌਮ ਨੂੰ ਦੱਸਿਆ ਜਾਵੇ ਕਿ ਐਡੀ ਵੱਡੀ ਕੁਰਬਾਨੀ ਤੋਂ ਬਾਅਦ ਪਾਕਿਸਤਾਨ ਬਣਿਆ ਵਾ ਅਤੇ ਸਾਡੇ ਆਪਣੀ ਯਾਸਰ ਮਲਕ ਨੂੰ ਹੁਣ ਇਜਾਜ਼ਤ ਦਿਓ ਫਿਰ ਮਿਲਾਂਗੇ ਨਵੀਂ ਕਹਾਣੀ ਦੇ ਨਾਲ ਨਵੇਂ ਬਜ਼ੁਰਗਾਂ ਦੇ ਨਾਲ ਜਿਉਂਦੇ ਵਾਸਤੇ ਰਹੋ ਜੀ ਰੱਬ ਰਾਖਾ